ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਦ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨ ਕੰਦਨ ਗੁਰੂ ਨਾਨਕ ਪਦ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨ ਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਮ ਹਿਰਦੈ ਨਿਤ ਧਿਆਮ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਘਨ ਨੰਕੇ ਨਾਸਕ ਬਿਘਨ ਨੰਕੇ ਨਾਸਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ਼੍ਰੀ ਹਰ ਰਾਇ ਨਮੋਂਕਰ ਜੋਰੀ ਨਮੋਂਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਮ ਬਹੋਰੀ ਗੁਰ ਅਤਿਕ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਤਾਰੋ ਤਾਰਾ ਤਾਰ ਪੰਨਾ ਪੰਨਾ ਸੀਸਾ ਵਾਹਿਗੁਰੂ ਪੰਨਾ ਪੰਨਾ ਸੀਸਾ ਬੰਦੋ ਬਾਰ ਬਾਰ ਜਗਦੀਸ਼ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾ ਸਨ ਸੋਏ ਨਿਰਜੁਰ ਨ ਰੂਪ ਹੋਂ ਕੇ ਸੁੰਦਰ ਸਰੂਪ ਹੋਂ ਕੇ ਭੂਪਣ ਕੇ ਭੂਪ ਹੋਂ ਕੇ ਦਾਤਾ ਮਹਾਦਾਨ ਹੋਂ ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਵਈਆ ਰੋਗ ਸੋਗ ਕੇ ਮਟਈਆ ਕਿਦੋ ਮਾਨੀ ਮਹਾਮਾਨ ਹੋ ਵਿਦਿਆ ਕੇ ਵਿਚਾਰ ਹੋ ਕੇ ਦਵੈ ਅਵਤਾਰ ਹੋ ਕੇ ਸਿੱਧਤਾ ਕੀ ਸੂਰਤ ਹੋ ਕੇ ਸ਼ੁੱਧਤਾ ਕੀ ਸ਼ਾਨ ਹੋ ਜੋ ਬਣ ਕੇ ਜਾਲ ਹੂੰ ਕੇ ਕਾਲ ਹੂੰ ਕੇ ਕਾਲ ਹੋਂ ਕੇ ਸਤਰਨ ਕੇ ਸੂਲ ਹੋਂ ਕੇ ਮਿੱਤਰਨ ਕੇ ਪਰਾਨ ਹੋਂ ਜੋ ਬਣ ਕੇ ਜਾਲ
सतरन के सूल हो के मित्रन के प्राण हो। वाहे गुरु जी का खालसा, वाहे गुरु जी की फतेह। परम खालसा गुरु प्यारे गुरु सवारी साध संगत जी, आप जी पामन पवित्र सब संगता धनता दे योग हन। धन धन श्री गुरु ग्रंथ साहिब जी महाराज जी दे पामन पवित्र बारगाह दे अंदर संगता बहुत श्रद्धा भावना सत्कार दे सहित श्री गुरु ग्रंथ साहिब महाराज जी दी पावन पवित्र बारगाह दे अंदर सज के गुरु घर दे कीर्तनियां दे पासो रब्बी बाणी दा कीर्तन सरवण कर रहे सन। आओ सत संगी जनो, आप जी कुछ पल कुछ समा एकाग्रता बख्शिश करो। धन धन श्री गुरु ग्रंथ साहिब जी दी पावन गोद दे विच सज के बैठे हो। असी कुछ समा गुरु इतिहास दे विच चानना पाईए। साहिबे कमाल गुरु गोबिंद सिंह महाराज पातशाह जी, उन्हां ने सानू अमृत दी दात बख्शिश करके खंडे बाटे दी पौल दे के महाराज पातशाह जी ने खालसा पंथ दी सरजना कीती ते नाल ए शब्द असी पढ़दे आं, जिनकी जात गोत कुल नाही सिरदारी ना भई कदाही तेने ही को सरदार बनाऊं तबे गोबिंद सिंह नाम कहाऊं। जिन्ना दी जात दे अंदर जिन्ना दी कुल दे अंदर सरदारी नाम मात्र भी नहीं सी, उन्हां नूं गुरु गोबिंद सिंह महाराज पातशाह जी ने सरदार बना दिता। एक असी होर बचन पढ़दे हां, काम हमारा तोलन तकड़ी नंगी करद ना कबहू पकड़ी, चिड़ी उड्डे डर से मर जाऊं तुरकन से कैसे लड़ पाऊं। हिंदुस्तान दी ए दशा सी, हिंदुस्तान दी ए हालत सीगी। जिन्ने जिन्ने बड़े राजे लोग आउंदे सी हिंदुस्तान नू गुलाम बना के, उन्हां दियां बहु बेटियां दी पता नू रोल करके, 18-18 हजार बन के गजनी दे विच टके टके ते वेच दिंदे सन। धन गुरु गोबिंद सिंह महाराज पातशाह जी जिन्हां दा कम सी लोकां दा भी तकड़ी तोलण दा, जिहड़े कदे चिड़ी कोल दी उड़दी सी ते उहदे डर दे नाल उन्हां दे दिल कंब जांदे सन, उन्हां दे हत्थां दे अंदर गुरु गोबिंद सिंह महाराज जी ने दो तारा खंडा फड़ा दित्ता। जुल्म नूं मकाउण वास्ते हिंदुस्तान दी धरती ते जुल्म नूं खत्म करन वास्ते जोगी अल्लाह यार खां ने बड़े प्यारे अल्फाज लिखे ने। उर्दू दा शहर है, उन्हें कुछ चंद सत्रां लिखियां ने। कहिंदा ऐ सतगुरु गोबिंद तू वो अबर कर्म है
ਐ ਸਤਿਗੁਰੂ ਗੋਬਿੰਦ ਤੂੰ ਵੋ ਅਬਰਹਮ ਹੈ ਸ਼ਾਨੀ ਨਾਹੀ ਤੇਰਾ ਨਾ ਦਾਰਾ ਹੈ ਨਾ ਜਮ ਹੈ ਖਾਤਾ ਤੇਰੇ ਚਰਨੋਂ ਕੀ ਫਰੀਦੂ ਪੀ ਕਸਮ ਹੈ। ਜੋਗੀ ਜੀ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੂੰ ਕਿਰਪਾ ਦਾ ਬੱਦਲ ਹੈ, ਤੁਸੀਂ ਹਿੰਦੁਸਤਾਨੀ ਲੋਕਾਂ ਤੇ ਕਿਰਪਾ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੂੰ ਰਹਿਮ ਦਾ ਬੱਦਲ ਹੈ, ਇਹ ਦੁਨਿਆਵੀ ਲੋਕਾਂ ਤੇ ਤੁਸੀਂ ਰਹਿਮ ਕੀਤਾ। ਜੋਗੀ ਜੀ ਕਹਿੰਦੇ ਹਿੰਦੁਸਤਾਨ ਦੀ ਧਰਤੀ ਤੇ ਬੜੇ ਰਾਜੇ ਹੋਏ ਨੇ, ਉਹਨਾਂ ਦੇ ਵਿੱਚੋਂ ਇੱਕ ਇਰਾਨ ਦਾ ਰਾਜਾ ਹੋਇਆ ਜਿਹਦਾ ਨਾਮ ਸੀ ਫਰੀਦੂ ਬਾਦਸ਼ਾਹ। ਇਹ ਰਾਜੇ ਨੂੰ ਮਹਿ ਗਊ ਪਾਲਕ ਵੀ ਆਖਿਆ ਜਾਂਦਾ ਹੈ, ਇਹਦੀ ਪ੍ਰਤਪਾਲਣਾ ਗਊ ਦੇ ਦੁੱਧ ਦੇ ਨਾਲ ਹੋਈ, ਬੜਾ ਵੱਡਾ ਦਾਨੀ ਸੀਗਾ। ਇਰਾਨ ਦਾ ਬਾਦਸ਼ਾਹ ਜਿਹਦਾ ਨਾਮ ਫਰੀਦੂ, ਗੁਰਮੁਖੋ ਬੜਾ ਦਾਨੀ ਬਾਦਸ਼ਾਹ ਸੀਗਾ। ਜਦੋਂ ਇਹਨੇ ਦਾਨ ਕੀਤਾ ਇਰਾਨ ਦੀ ਧਰਤੀ ਤੇ, ਵੱਡੇ ਵੱਡੇ ਕੰਗਾਲ ਲੋਕ ਵੀ ਗੁਰਮੁਖੋ ਸ਼ਾਹੂਕਾਰ ਬਣ ਗਏ, ਧਨਾਢ ਬਣ ਗਏ, ਅਮੀਰ ਬਣ ਗਏ। ਇਹ ਮੁਸਲਮਾਨ ਫਕੀਰ ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਜੀ ਤੇਰੇ ਵਰਗਾ ਦੁਨੀਆਂ ਤੇ ਕੋਈ ਦਾਨੀ ਨਹੀਂ ਗਾ, ਕੋਈ ਸੰਸਾਰ ਦੀ ਧਰਤੀ ਤੇ ਆ ਕੇ ਕੋਈ ਕੱਪੜੇ ਦਾ ਦਾਨ ਕਰਦਾ ਏ, ਕੋਈ ਪੈਸੇ ਦਾ ਦਾਨ ਕਰਦਾ ਏ, ਕੋਈ ਮੈਡੀਸਨ ਲੈ ਕੇ ਦਿੰਦਾ, ਦਵਾਈ ਦਾ ਦਾਨ ਕਰ ਦਿੰਦਾ ਏ, ਇੱਥੋਂ ਤੱਕ ਕਿ ਕੋਈ ਕਿਸੇ ਨੂੰ ਮਕਾਨ ਦਾਨ ਕਰ ਸਕਦਾ ਏ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਤੈਨੂੰ ਪੁੱਤਰਾਂ ਦਾ ਦਾਨੀ ਆਖਿਆ ਜਾਂਦਾ ਏ, ਇਸੇ ਕਰਕੇ ਮੈਂ ਭੁੱਲਾਂ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੈਨੂੰ ਸਰਬੰਸ ਦਾਨੀ ਆਖਿਆ ਜਾਂਦਾ, ਸਰਬੰਸ ਦਾਨੀ। ਪਹਿਲਾਂ ਪਿਤਾ ਕਟਾਇਆ, ਜੋਗੀ ਦੇ ਫਿਰ ਅਲਫਾਜ਼ ਨੇ, ਉਰਦੂ ਦਾ ਸ਼ਾਇਰ ਇਹਨੇ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਲਿਖੀ। ਮੇਰੀਆਂ ਭੈਣਾਂ ਬੈਠੀਆਂ ਨੇ, ਬੀਬੀਆਂ ਬੈਠੀਆਂ, ਮੈਂ ਦਹਰਾ ਦੇਵਾਂ। ਇਹ ਜੋਗੀ ਅੱਲਾ ਯਾਰ ਖਾਂ, ਇਹਦਾ ਨਾਮ ਪੂਰਾ ਨਾਮ ਸੀ ਹਕੀਮ ਜੋਗੀ ਅੱਲਾ ਯਾਰ ਖਾਂ। ਜਦੋਂ ਇਹਨੇ ਉਰਦੂ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਲਿਖੀ ਨਾ, ਤੇ ਇਸਲਾਮੀ ਲੋਕ ਇਕੱਠੇ ਹੋ ਗਏ, ਮੁਸਲਮਾਨ ਭਾਈਚਾਰਾ ਇਹਦਾ ਇਕੱਠਾ ਹੋ ਗਿਆ। ਕਹਿਣ ਲੱਗੇ ਤੂੰ ਹਜ਼ਰਤ ਮੁਹੰਮਦ ਸਾਹਿਬ ਦੀ ਵਡਿਆਈ ਲਿਖ ਲੈਂਦਾ, ਹਜ਼ਰਤ ਇਬਰਾਹੀਮ ਦੀ ਵਡਿਆਈ ਲਿਖ ਲੈਂਦਾ, ਮਹਿਮਾ ਲਿਖਦਾ ਆਪਣੀ ਕਲਮ ਦੇ ਨਾਲ, ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਤੂੰ ਕਿਉਂ ਲਿਖੀ? ਉਹ ਕਹਿੰਦਾ ਹਰ ਚਾਂਦ ਮੇਰੇ ਹੱਥ ਮੈਂ ਪਰਜ਼ੋਰ ਕਲਮ ਹੈ, ਸਤਿਗੁਰੂ ਕੀ ਲਿਖੂ ਵਸਬ ਕਹਾਂ ਤਾਬ ਰਕਮ ਹੈ, ਏਕ ਆਂਖ ਸੇ ਕਿਆ ਬੁਲਬੁਲਾ ਕੁਲ ਲਹਿਰ ਕੋ ਦੇਖੇ, ਸਹਿਲ ਕੋ ਜਾਂ ਮੰਝ ਧਾਰ ਕੋ ਜਾਂ ਲਹਿਰ ਕੋ ਦੇਖੇ। ਮੇਰੀ ਇੱਕ ਕਲਮ ਹੈ, ਇਹ ਕਲਮ ਦੇ ਨਾਲ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਨੂੰ ਕਿਵੇਂ ਲਿਖਾਂ? ਮੇਰੀ ਕਲਮ ਛੋਟੀ ਪੈ ਜਾਂਦੀ ਹੈ, ਮੇਰੀ ਸ਼ਾਹੀ ਫਿੱਕੀ ਪੈ ਜਾਂਦੀ ਹੈ, ਪਰ ਸਤਿਗੁਰੂ ਜੀ ਦੀ ਮਹਿਮਾ ਫਿੱਕੀ ਨਹੀਂ ਪੈਂਦੀ। ਤੇ ਮੁਸਲਮਾਨ ਭਾਈਚਾਰੇ ਨੇ ਇਹਨੂੰ 5 ਸਾਲ ਆਪਣੇ ਧਰਮ ਵਿੱਚੋਂ ਬਾਹਰ ਕੱਢ ਦਿੱਤਾ। ਹਕੀਮ ਜੋਗੀ ਅੱਲਾ ਯਾਰ ਖਾਂ ਨੂੰ 5 ਸਾਲ ਇਹਦੇ ਤੇ ਪਾਬੰਦੀ ਲਾਈ ਗਈ, ਇਹ ਮਸੀਤ ਵਿੱਚ ਨਹੀਂ ਆਵੇਗਾ, ਇਹ ਨਵਾਜ਼ ਨਹੀਂ ਪੜ੍ਹੇਗਾ। ਪਰ ਗੁਰਮੁਖੋ ਜੋਗੀ ਅੱਲਾ ਯਾਰ ਖਾਂ ਦੇ ਜਿਹੜੇ ਸ਼ਬਦ ਨੇ ਉਹ ਕੰਨਾਂ ਦੇ ਵਿੱਚ ਗੂੰਜਦੇ ਪਏ ਨੇ। ਉਹ ਕਹਿੰਦਾ ਸੱਚ ਲਿਖੇਗਾ ਜੋਗੀ, ਸੱਚ ਮਿਟਾਉਂਗੇ ਤੋ ਖੁਦ ਮਿਟੇਗਾ ਜਹਾਨ ਸੇ, ਡਰਤਾ ਨਹੀਂ ਅਕਾਲ ਸ਼ਹਿਨ ਸ਼ਾਨ ਕੀ ਸ਼ਾਨ ਸੇ। ਇਹ ਜੋਗੀ ਦੇ ਅਲਫਾਜ਼ ਨੇ, ਹੇ ਦੁਨੀਆਂ ਦੇ ਲੋਕੋ, ਜੇ ਤੁਸੀਂ ਸੱਚ ਨੂੰ ਮਿਟਾਉਣਾ ਚਾਹੋਗੇ, ਸੱਚ ਨੂੰ ਮਿਟਾਉਣ ਵਾਲੇ ਖੁਦ ਹੀ ਜਹਾਨ ਤੋਂ ਦੁਨੀਆਂ ਤੋਂ ਉਤਰ ਜਾਣਗੇ। ਪਰ ਇਹ ਜਿਹੜਾ ਅਕਾਲ ਪੁਰਖ ਪਰਮੇਸ਼ਰ ਨੇ ਖਾਲਸਾ ਸਾਜਿਆ ਏ, ਜੇ ਇਸ ਨੂੰ ਮਿਟਾਉਣਾ ਚਾਹੋਗੇ ਤੇ ਜਹਾਨ ਤੋਂ ਖੁਦ ਹੀ ਮਿਟ ਜਾਓਗੇ,
ਮੈਂ ਇੱਕ ਵਾਰੀ ਫਿਰ ਦਹਰਾ ਦੇਵਾਂ, ਸੱਚ ਮਿਟਾਓਗੇ ਤੋ ਖਿਦ ਮਿਟੋਗੇ ਜਹਾਨ ਸੇ, ਡਰਤਾ ਨਹੀਂ ਅਕਾਲ ਸ਼ਹਿਨ ਸ਼ਾਨ ਕੀ ਸ਼ਾਨ ਸੇ। ਵੱਡੇ ਵੱਡੇ ਬਾਦਸ਼ਾਹ ਦੇ ਸ਼ਾਨ ਤੋਂ ਵੀ ਇਹ ਖਾਲਸਾ ਨਹੀਂ ਡਰਦਾ। ਜੋਗੀ ਅੱਲਾ ਯਾਰ ਖਾਂ ਨੇ ਆਪਣੇ ਕੁਝ ਅਲਫਾਜ਼ ਲਿਖੇ, ਉਹ ਕਹਿੰਦਾ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹਦੀ ਮਹਿਮਾ ਲਿਖਦਿਆਂ ਹੋਇਆਂ ਮੇਰੀ ਕਲਮ, ਮੇਰੀ ਸ਼ਾਈ ਔਰ ਮੇਰੀ ਦਵਾਤ ਫਿੱਕੀ ਪੈ ਗਈ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਮਹਿਮਾ ਨੂੰ ਮੈਂ ਲਿਖ ਨਾ ਸਕਿਆ। ਉਹਨਾਂ ਦੀ ਵਡਿਆਈ ਬੜੀ ਉੱਤਮ ਹੈ। ਜੋਗੀ ਅੱਲਾ ਯਾਰ ਖਾਂ ਮੁਸਲਮਾਨ ਘਰਾਣੇ ਦੇ ਵਿੱਚੋਂ ਸੀ। ਕਈ ਵਾਰ ਸਾਡੇ ਅੰਦਰ ਇਹ ਭਰਮ ਪਾਇਆ ਜਾਂਦਾ ਏ ਗੁਰਮੁਖੋ ਕਿ ਮੁਸਲਮਾਨਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਜੰਗ ਰਹੀ, ਪਰ ਮੈਂ ਇੱਥੇ ਇਹ ਗੱਲ ਕਹਿਣਾ ਚਾਹਾਂਗਾ ਕਿ ਮੁਸਲਮਾਨਾਂ ਦੇ ਨਾਲ ਕਿਸੇ ਦੇ ਨਾਲ ਮਹਾਰਾਜ ਜੀ ਦੀ ਇੱਕ ਫਿਰਕੇ ਦੇ ਨਾਲ ਜੰਗ ਨਹੀਂ ਸੀ। ਮਹਾਰਾਜ ਜੀ ਦੀ ਲੜਾਈ ਸੀ ਕਿਰਪ ਜ਼ੁਲਮ ਨੂੰ ਰੋਕਣ ਵਾਸਤੇ। ਜਦੋਂ ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਜੰਗ ਕੀਤੀ, ਉਹ ਜੰਗ ਭਗਾਣੀ ਦਾ ਜੰਗ ਹੋਇਆ। ਤੁਸੀਂ ਸਿਆਣੇ ਬੈਠੇ ਹੋ, ਭਗਾਣੀ ਦਾ ਜੰਗ ਹੋਇਆ ਪਾਉਂਟਾ ਸਾਹਿਬ ਦੀ ਧਰਤੀ ਤੇ। ਭਗਾਣੀ ਦੇ ਜੰਗ ਦੇ ਵਿੱਚ ਖਾਲਸਾ ਜੀ ਉਹ ਮੁਸਲਮਾਨਾਂ ਦੇ ਨਾਲ ਜੰਗ ਨਹੀਂ ਸੀਗੀ, ਉਹ ਪਹਾੜੀ ਰਾਜਿਆਂ ਦੇ ਨਾਲ ਸੀਗੀ। ਉਹ ਪਹਾੜੀ ਰਾਜੇ ਸਾਰੇ ਹਿੰਦੂ ਸਨ, ਭਾਵੇਂ ਹਰੀਚੰਦ ਹੰਡੂਰੀਆ ਸੀ, ਇਹਦੇ ਤੋਂ ਲੈ ਕੇ ਹੋਰ ਰਾਜੇ ਸਨ। ਉਹ ਰਾਜਿਆਂ ਨੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਨਾਲ ਜੰਗ ਕੀਤੀ, ਜਿਸ ਨੂੰ ਅਸੀਂ ਭਗਾਣੀ ਦੀ ਜੰਗ ਕਹਿੰਦੇ ਹਾਂ। ਜਦੋਂ ਭਗਾਣੀ ਦਾ ਜੰਗ ਹੋਇਆ, ਉਹਦੇ ਵਿੱਚ ਇੱਕ ਮੁਸਲਮਾਨ ਪੀਰ ਨੇ ਮਹਾਰਾਜ ਜੀ ਦੀ ਮਦਦ ਕੀਤੀ। ਮੈਂ ਕਹਾਂਗਾ ਤੇ ਤੁਹਾਡੇ ਜ਼ੁਬਾਨ ਤੇ ਉਹਦੇ ਸ਼ਬਦ ਆ ਜਾਣਗੇ। ਉਹ ਮੁਸਲਮਾਨ ਪੀਰ ਦਾ ਨਾਮ ਸੀਗਾ ਪੀਰ ਬਾਬਾ ਬੁੱਧੂ ਸ਼ਾਹ। ਪੀਰ ਬਾਬਾ ਬੁੱਧੂ ਸ਼ਾਹ ਨੇ 500 ਪਠਾਨ ਗੁਰੂ ਮਹਾਰਾਜ ਜੀ ਦੇ ਕੋਲੇ ਮਹਾਰਾਜ ਜੀ ਦੀ ਫੌਜ ਦੇ ਵਿੱਚ ਭਰਤੀ ਕਰਵਾਏ। ਪਠਾਨ ਇਹ ਪਠਾਨ ਜਿਹੜੇ ਸਨ, ਇਹਨਾਂ ਪਠਾਣਾਂ ਨੇ ਦਿੱਲੀ ਸਰਕਾਰ ਦੇ ਵਿੱਚ ਹੁੰਦਿਆਂ, ਇਹਨਾਂ ਨੂੰ ਦਿੱਲੀ ਸਰਕਾਰ ਨੇ ਕੱਢ ਦਿੱਤਾ ਸੀ ਤੇ ਇਹ ਪਠਾਨ ਇਕੱਠੇ ਹੋ ਕੇ ਪੀਰ ਬਾਬਾ ਬੁੱਧੂ ਸ਼ਾਹ ਦੇ ਕੋਲੇ ਆਏ ਤੇ ਆ ਕੇ ਕਹਿੰਦੇ, ਬਾਬਾ ਜੀ ਸਾਡਾ ਘਰ ਦਾ ਗੁਜ਼ਾਰਾ ਨਹੀਂ ਚੱਲਦਾ, ਕਿਰਪਾ ਕਰਕੇ ਸਾਨੂੰ ਨੌਕਰੀ ਦਵਾ ਦਿਓ। ਤੇ ਪੀਰ ਬਾਬਾ ਬੁੱਧੂ ਸ਼ਾਹ 500 ਪਠਾਣਾਂ ਨੂੰ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਗਏ। ਮਹਾਰਾਜ ਇਹ 500 ਪਠਾਣ ਕਿਰਪਾ ਕਰਕੇ ਆਪਣੀ ਫੌਜ ਦੇ ਵਿੱਚ ਭਰਤੀ ਕਰ ਲਿਓ। ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਪੀਰ ਜੀ ਤੁਸੀਂ ਆ ਗਏ ਸਾਡੇ ਕੋਲੇ, ਏਦੂ ਵੱਡੀ ਕੀ ਜਵਾਨਤਾ ਹੈ, ਪਰ ਇਹਨਾਂ ਪਠਾਣਾਂ ਤੇ ਸਾਨੂੰ ਵਿਸ਼ਵਾਸ ਨਹੀਂ ਗਾ, ਭਰੋਸਾ ਨਹੀਂ, ਯਕੀਨ ਨਹੀਂ। ਤੇ ਪੀਰ ਬਾਬਾ ਬੁੱਧੂ ਸ਼ਾਹ ਨੇ ਬਚਨ ਕੀਤਾ ਸੀਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਦੋਂ ਲੋੜ ਪਵੇਗੀ ਪੀਰ ਤੁਹਾਡੇ ਨਾਲ ਖੜੇਗਾ, ਮੇਰੀ ਜਵਾਨਤ ਹੈ, ਮੇਰੀ ਜਾਮਣੀ ਹੈ, ਮੇਰੀ ਜਾਮਣੀ ਦੇ ਸਹਿਤ ਇਹਨਾਂ ਨੂੰ ਆਪਣੀ ਫੌਜ ਦੇ ਵਿੱਚ ਭਰਤੀ ਕਰ ਲਓ। 500 ਪਠਾਣਾਂ ਨੂੰ ਮਹਾਰਾਜ ਜੀ ਨੇ ਭਰਤੀ ਕੀਤਾ। ਮੈਂ ਕੇਵਲ ਇਸ ਗੱਲ ਤੇ ਚੱਲ ਰਿਹਾ ਗੁਰਮੁਖੋ, ਜਿਹੜੇ ਇਹ ਗੱਲ ਕਹਿੰਦੇ ਨੇ ਕਿ ਮੁਸਲਮਾਨਾਂ ਦੇ ਨਾਲ ਮਹਾਰਾਜ ਜੀ ਦਾ ਜੰਗ ਹੋਇਆ, ਮਹਾਰਾਜ ਪਾਤਸ਼ਾਹ ਜੀ ਮੁਸਲਮਾਨਾਂ ਨੂੰ ਮਾਰਨਾ ਚਾਹੁੰਦੇ ਸਨ, ਖਤਮ ਕਰਨਾ ਚਾਹੁੰਦੇ ਸਨ, ਅਜਿਹਾ ਨਹੀਂ। ਮਹਾਰਾਜ ਜੀ ਨੇ ਜ਼ੁਲਮ ਦੀ ਜੜ ਪੱਟੀ, ਕਿਉਂਕਿ ਉਦੋਂ ਮੁਸਲਮਾਨਾਂ ਦਾ ਰਾਜ ਸੀ, ਬਹੁਤਾਤ ਗਿਣਤੀ ਮੁਸਲਮਾਨਾਂ ਦੀ ਸੀ ਤੇ ਰਾਜ ਉਹਨਾਂ ਦੇ ਸੀ, ਤੇ ਇਹਦੇ ਤੋਂ ਕੋਈ ਵੀ ਗੱਲ ਮੁਨਕਰ ਨਹੀਂ ਹੋ ਸਕਦੀ ਵੀ ਜਿਹਦਾ ਰਾਜ ਹੋਵੇ ਤੇ ਪਾਪ ਵੀ ਉਹੀ ਬੰਦਾ ਵੱਧ ਕਰਦਾ ਹੈ। ਇਹ ਰਾਜ ਸ਼ੇਰੇ ਪੰਜਾਬ ਦਾ ਤਾਂ ਹੈ ਨਹੀਂ ਸੀ, ਮਹਾਰਾਜਾ ਰਣਜੀਤ ਸਿੰਘ ਦਾ ਵੀ ਇੱਕ ਅੱਖ ਦੇ ਨਾਲ ਸਾਰਿਆਂ ਨੂੰ ਦੇਖੇਗਾ। 500 ਪਠਾਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਰਤੀ ਕਰਵਾਇਆ ਗਿਆ ਪੀਰ ਬਾਬਾ ਬੁੱਧੂ ਸ਼ਾਹ ਜੀ ਨੇ।
ਕਹਿੰਦੇ ਜਦੋਂ ਭਗਾਣੀ ਦਾ ਜੰਗ ਹੋਇਆ ਗੁਰਮੁਖੋ ਹੋਣ ਤੋਂ ਪਹਿਲਾਂ ਕਹਿੰਦੇ ਇਹ 500 ਜਿਹੜਾ ਪਠਾਨ ਸੀਗਾ ਇਹ ਰਾਤ ਤੇ ਸਮੇਂ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਬੇਮੁੱਖ ਹੋ ਕੇ ਭੱਜ ਗਿਆ ਦੌੜ ਗਿਆ। ਅੰਮ੍ਰਿਤ ਵੇਲਾ ਹੋਇਆ ਜੰਗ ਦਾ ਸਾਜੋ ਸਮਾਨ ਬੰਨਿਆ ਗਿਆ। ਮਹਾਰਾਜ ਜੀ ਨੂੰ ਆ ਕੇ ਸਿੱਖਾਂ ਨੇ ਦੱਸਿਆ ਮਹਾਰਾਜ ਪਾਤਸ਼ਾਹ ਜੀ ਉਹ ਪਠਾਨ ਤਾਂ ਨੱਸ ਗਏ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਇੱਕ ਚਿੱਠੀ ਲਿਖੀ ਪੀਰ ਬਾਬਾ ਬੁੱਧੂ ਸ਼ਾਹ ਜੀ ਨੂੰ, ਸੰਢੌਰੇ ਵਿੱਚ ਰਹਿੰਦੇ ਸੀ ਪੀਰ ਜੀ। ਪੀਰ ਬਾਬਾ ਬੁੱਧੂ ਸ਼ਾਹ ਜੀ ਨੂੰ ਚਿੱਠੀ ਲਿਖੀ, ਪੀਰ ਜੀ ਤੁਸੀਂ ਜਿਹੜਾ 500 ਪਠਾਨ ਆਪਣੀ ਜਵਾਨ ਉੱਤੇ ਸਾਡੇ ਪਾਸ ਭਰਤੀ ਕਰਾ ਕੇ ਗਏ ਸਨ, ਜੰਗ ਦਾ ਸਮਾਂ ਉੱਪਰ ਆ ਗਿਆ ਹੈ, ਪਹਾੜੀ ਰਾਜੇ ਕਦੇ ਵੀ ਸਾਡੇ ਤੇ ਹਮਲਾ ਕਰ ਸਕਦੇ ਨੇ। ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਚਿੱਠੀ ਦੇ ਵਿੱਚ ਪੀਰ ਜੀ, ਉਹ 500 ਦਾ 500 ਪਠਾਨ ਰਾਤ ਦੇ ਸਮੇਂ ਭੱਜ ਗਿਆ। ਜਦੋਂ ਪੀਰ ਜੀ ਨੇ ਚਿੱਠੀ ਪੜ੍ਹੀ ਗੁਰਮੁਖੋ, ਜਿਹੜੇ ਮਰਦ ਦੇ ਬੋਲ ਹੁੰਦੇ ਨੇ ਸੂਰ ਬੀਰ ਬਚਨ ਕੇ ਬਲੀ ਕੌਲਾ ਬੱਪਰੀ ਸੰਤੀ ਛਲੀ, ਜਿਹੜੇ ਸੂਰ ਬੀਰ ਹੁੰਦੇ ਨੇ ਉਹਨਾਂ ਦੇ ਬਚਨ ਪੂਰਨ ਆਪਣੇ ਬਚਨਾਂ ਤੇ ਫੁੱਲ ਚੜਾਉਂਦੇ ਨੇ, ਜਿਸ ਨੂੰ ਜਵਾਨ ਦੇ ਦੇਣ ਉਹ ਮੁੱਕਰਦੇ ਨਹੀਂ। ਆਪਣੀ ਕੁਝ ਲੋਕ ਸੰਸਾਰ ਦੇ ਅੰਦਰ ਜ਼ੁਬਾਨ ਦਾ ਖੱਟਿਆ ਖਾਂਦੇ ਨੇ ਤੇ ਕੁਝ ਲੋਕ ਆਪਣੇ ਸੰਸਾਰ ਦੇ ਉੱਪਰ ਹੱਥਾਂ ਦਾ ਖੱਟਿਆ ਖਾਂਦੇ ਨੇ। ਮੇਰੀ ਕਹਿਣ ਦੀ ਮੁਰਾਦ ਇਹ, ਕੁਝ ਹੱਥਾਂ ਦੇ ਨਾਲ ਅਸੀਂ ਕਿਰਤ ਕਰਦੇ ਹਾਂ ਤੇ ਉਹਦਾ ਖੱਟ ਕੇ ਖਾਂਦੇ ਹਾਂ ਤੇ ਕੁਝ ਜ਼ੁਬਾਨ ਦਾ ਖੱਟਿਆ ਖਾਂਦੇ ਨੇ, ਭਾਵ ਇੰਨੇ ਸ਼ਬਦ ਮਿੱਠੇ ਹੁੰਦੇ ਨੇ ਆਪਣੇ ਮਿੱਤਰਾਂ ਨੂੰ ਜਿਹੜਾ ਵੀ ਉਹਨਾਂ ਦੇ ਕਲਾਵੇ ਦੇ ਵਿੱਚ ਆਉਂਦਾ ਤੇ ਉਹਨਾਂ ਨੂੰ ਆਪਣੇ ਸ਼ਬਦਾਂ ਦੇ ਨਾਲ ਆਪਣੇ ਅਲਫਾਜ਼ਾਂ ਦੇ ਨਾਲ ਮੋਹ ਲੈਂਦੇ ਨੇ। ਹੁਣ ਸੂਰ ਬੀਰ ਬਚਨ ਕਾ ਬਲੀ ਕੀ, ਪੀਰ ਬਾਬਾ ਬੁੱਧੂ ਸ਼ਾਹ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਪੱਤਰਿਕਾ ਨੂੰ ਪੜ੍ਹਿਆ, ਆਪਣੇ 4 ਪੁੱਤਰ ਨਾਲ ਲੈ ਤੁਰਿਆ, ਇੱਥੇ ਬਸ ਨਹੀਂ, ਆਪਣੇ ਕੁਝ ਭਤੀਜਿਆਂ ਨੂੰ ਨਾਲ ਲਿਆ ਪੀਰ ਬਾਬਾ ਬੁੱਧੂ ਸ਼ਾਹ ਜੀ ਨੇ, ਆਪਣੇ ਕੁਝ ਸਿਪਾਹੀਆਂ ਨੂੰ ਨਾਲ ਲਿਆ, ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਦੇ ਵਾਸਤੇ ਭਗਾਣੀ ਦੇ ਜੰਗ ਵਿੱਚ ਜਾ ਹਾਜ਼ਰ ਹੋਇਆ ਤੇ ਆ ਦੋਵੇਂ ਹੱਥ ਜੋੜ ਕੇ ਪੀਰ ਬਾਬਾ ਬੁੱਧੂ ਸ਼ਾਹ ਜੀ ਕਹਿਣ ਲੱਗੇ, ਧੰਨ ਕਲਗੀ ਵਾਲੇ ਪਾਤਸ਼ਾਹ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਇੱਥੇ ਕੁਝ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਤ ਰਿਹਾ, ਹਾਲਾਂਕਿ ਜਦੋਂ ਇਹ ਜੰਗ ਹੋਇਆ ਸੀਗਾ ਉਦੋਂ ਖਾਲਸਾ ਪੰਥ ਦੀ ਸਿਰਜਣਾ ਨਹੀਂ ਸੀ ਹੋਈ, ਉਦੋਂ ਮਹਾਰਾਜ ਜੀ ਗੋਬਿੰਦ ਰਾਏ ਸਨ, ਮਹਾਰਾਜ ਜੀ ਦੀ ਚੜ੍ਹਦੀ ਜਵਾਨੀ ਸੀ ਉਦੋਂ। ਪਰ ਕੁਝ ਸਤਿਕਾਰਤ ਸ਼ਬਦ ਹੁੰਦੇ ਨੇ, ਸਾਨੂੰ ਇਹ ਸ਼ਬਦ ਲਾਉਣੇ ਪੈਂਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਕੋਲੇ ਜਾ ਹਾਜ਼ਰ ਹੋਇਆ, ਦੋਵੇਂ ਹੱਥ ਜੋੜ ਕੇ ਆਪਣੇ 4 ਪੁੱਤਰ ਖੜੇ ਕਰ ਦਿੱਤੇ, ਆਪਣੇ ਭਤੀਜਿਆਂ ਨੂੰ ਖੜੇ ਕਰਕੇ ਕਿਹਾ ਸੀ, ਗੁਰੂ ਗੋਬਿੰਦ ਸਿੰਘ ਜੀ ਕੀ ਹੋ ਗਿਆ ਜੇ ਪਠਾਨ ਗਦਾਰੀ ਕਰ ਗਏ ਨੇ, ਪੀਰ ਬਾਬਾ ਬੁੱਧੂ ਸ਼ਾਹ ਨੇ ਜਵਾਨਤ ਦਿੱਤੀ ਸੀ ਤੇ ਮੈਂ ਆਪਣੀ ਜਵਾਨ ਨੂੰ ਕਾਇਮ ਰੱਖਣ ਵਾਸਤੇ ਆਪਣੇ ਪੁੱਤਰ ਤੇ ਆਪਣੇ ਭਤੀਜੇ ਲੈ ਕੇ ਜੰਗ ਦੇ ਵਿੱਚ ਹਾਜ਼ਰ ਹੋਇਆ ਹਾਂ। ਜੰਗ ਦਾ ਧੌਂਸਾ ਵੱਜਿਆ, ਜੰਗ ਸ਼ੁਰੂਆਤ ਹੋਈ, ਜੰਗ ਦੇ ਵਿੱਚ ਘਮਸਾਣ ਦੇ ਜਿਹੜੇ ਸ਼ਬਦ ਨੇ, ਵੱਡੀਆਂ ਵੱਡੀਆਂ ਤੋਪਾਂ ਚੱਲੀਆਂ, ਗੋਲੀਆਂ ਚੱਲੀਆਂ, ਬਰੂਦ ਚੱਲਿਆ, ਮਹਾਰਾਜ ਪਾਤਸ਼ਾਹ ਜੀ ਦੇ ਆ ਕੇ ਨਾਭੀ ਤੇ ਤੀਰ ਲੱਗਾ, ਮਹਾਰਾਜ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ ਜਿਹੜਾ ਅਸੀਂ ਸ੍ਰੀ ਦਸਮ ਗ੍ਰੰਥ ਦੇ ਵਿੱਚ ਪੜ੍ਹਦੇ ਹਾਂ, ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ, ਤੇ ਆਪਣਾ ਜਿਹੜਾ ਤੀਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਸਾਰਾ ਜਿਹੜਾ ਇਹ ਭਗਾਣੀ ਦਾ ਜੰਗ ਮਹਾਰਾਜ ਜੀ ਨੇ ਸ੍ਰੀ ਦਸਮ ਗ੍ਰੰਥ ਵਿੱਚ ਲਿਖਿਆ ਹੈ, ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ, ਆ ਕੇ ਤੀਰ ਵੱਜਿਆ ਤੇ ਮਹਾਰਾਜ ਜੀ ਦੀ ਨਾਭੀ ਦੇ ਨਾਲ ਜਿਹੜੇ ਜੰਗ ਕਰਨ ਵਾਲੇ ਹੁੰਦੇ ਨੇ ਪੇਟੀ ਬੰਨੀ ਹੁੰਦੀ ਲੱਕ ਦੇ ਦੁਆਲੇ, ਤੇ ਉਹ ਪੇਟੀ ਨੂੰ ਕੁਝ ਛੂੰਹਦਾ ਹੋਇਆ ਤੇ ਮਹਾਰਾਜ ਜੀ ਦੀ ਨਾਭੀ ਦੇ ਨਾਲ ਜਾ ਕੇ ਲੱਗ ਗਿਆ ਤੀਰ।
ਮਹਾਰਾਜ ਪਾਤਸ਼ਾਹ ਜੀ ਨੇ ਆਪਣਾ ਤੀਰ ਖਿੱਚਿਆ, ਹਰੀ ਚੰਦ ਹੰਡੂਰੀਏ ਦੇ ਵੱਲ ਵਧਾਇਆ। ਆਖਿਰ ਇਹ ਪਗਾਣੀ ਦਾ ਜੰਗ ਮਹਾਰਾਜ ਪਾਤਸ਼ਾਹ ਜੀ ਜਿੱਥੇ ਫਤਿਹ ਕਰ ਰਹੇ ਨੇ, ਉਸ ਜੰਗ ਦੇ ਵਿੱਚ ਪੀਰ ਬਾਬਾ ਬੁੱਧੂ ਸ਼ਾਹ ਜੀ ਦਾ ਪਹਿਲਾ ਫਰਜੰਦ ਵੀ ਸ਼ਹੀਦ ਹੋ ਗਿਆ। ਇਹ ਪਗਾਣੀ ਦੇ ਜੰਗ ਦੇ ਵਿੱਚ ਕੁਝ ਘੰਟਿਆਂ ਬਾਅਦ ਪੀਰ ਬਾਬਾ ਬੁੱਧੂ ਸ਼ਾਹ ਜੀ ਦਾ ਦੂਸਰਾ ਫਰਜੰਦ ਵੀ ਸ਼ਹੀਦ ਹੋ ਗਿਆ। ਪੀਰ ਬਾਬਾ ਬੁੱਧੂ ਸ਼ਾਹ ਜੀ ਦੇ ਭਤੀਜੇ ਵੀ ਸ਼ਹੀਦ ਹੋ ਗਏ ਜੰਗ ਦੇ ਵਿੱਚ। ਪੀਰ ਬਾਬਾ ਬੁੱਧੂ ਸ਼ਾਹ ਜੀ ਦੇ ਕੁਝ ਸਿਪਾਹੀ ਵੀ ਸ਼ਹੀਦ ਹੋ ਗਏ। ਜੰਗ ਦਾ ਧੌਂਸਾ ਵੱਜਿਆ। ਮਹਾਰਾਜ ਜੀ ਨੇ ਬਚਨ ਕੀਤਾ, ਕਿਰਪਾ ਕਾਲ ਕੇਰੀ, ਮੈਂ ਦਸਮ ਗ੍ਰੰਥ ਦੇ ਬਚਨ ਪੜ੍ਹਾਂ, ਕਿਰਪਾ ਕਾਲ ਕੇਰੀ ਭਈ ਜੀਤ ਮੇਰੀ। ਮਹਾਰਾਜ ਜੀ ਕਹਿੰਦੇ, ਹੇ ਕਾਲ ਪੁਰਖ ਪਰਮੇਸ਼ਰ, ਤੁਸੀਂ ਕਿਰਪਾ ਕੀਤੀ ਹੈ ਤੇ ਗੋਬਿੰਦ ਰਾਏ ਦੀ ਇਸ ਪਗਾਣੀ ਦੇ ਜੰਗ ਦੇ ਵਿੱਚੋਂ ਜਿੱਤ ਪ੍ਰਾਪਤ ਹੋਈ ਹੈ ਤੇ ਨਾਲ ਸਿਨਿਆ ਆ ਗਿਆ। ਮਹਾਰਾਜ ਪਾਤਸ਼ਾਹ ਜੀ ਆਪ ਜੀ ਦੇ ਘਰ ਦੇ ਵਿੱਚ ਸਾਹਿਬਜ਼ਾਦੇ ਨੇ ਜਨਮ ਲਿਆ ਏ। ਜਦੋਂ ਮਹਾਰਾਜ ਪਾਤਸ਼ਾਹ ਜੀ ਨੇ ਜਿੱਤ ਕੀਤੀ, ਨਾਲ ਮਹਾਰਾਜ ਪਾਤਸ਼ਾਹ ਜੀ ਨੂੰ ਸੁਣਿਆ ਮਿਲਿਆ, ਮਹਾਰਾਜ ਜੀ ਆਪ ਜੀ ਦੇ ਘਰ ਦੇ ਅੰਦਰ ਸਾਹਿਬਜ਼ਾਦੇ ਨੇ ਜਨਮ ਲਿਆ ਤੇ ਮਹਾਰਾਜ ਜੀ ਨੇ ਉੱਥੇ ਇਹ ਸ਼ਬਦ ਵਰਤਿਆ, ਜੇ ਸਾਹਿਬਜ਼ਾਦੇ ਨੇ ਜਨਮ ਲਿਆ ਤੇ ਇਹ ਪਗਾਣੀ ਦੇ ਜੰਗ ਦੇ ਵਿੱਚੋਂ ਸਾਡੀ ਜਿੱਤ ਹੋਈ ਹੈ ਤੇ ਫਿਰ ਇਸਦਾ ਨਾਮ ਵੀ ਜੀਤ ਸਿੰਘ ਰੱਖਿਆ ਜਾਏਗਾ। ਅਜੀਤ ਸਿੰਘ, ਅਜੀਤ ਦਾ ਅਰਥ ਹੁੰਦਾ ਏ ਜਿਸ ਨੂੰ ਕੋਈ ਜਿੱਤ ਹੀ ਨਾ ਸਕੇ, ਜਿਸ ਨੂੰ ਕੋਈ ਜਿੱਤ ਨਾ ਸਕੇ ਤੇ ਉਸਦਾ ਨਾਮ ਅਜੀਤ ਸਿੰਘ, ਨਾਮ ਰੱਖਿਆ ਗਿਆ ਅਜੀਤ ਸਿੰਘ। ਤੇ ਗੁਰਮੁਖ ਪਿਆਰਿਓ, ਮੈਂ ਕੁਝ ਆਪਣੇ ਵਿਸ਼ੇ ਨੂੰ ਤੁਹਾਨੂੰ ਚਮਕੌਰ ਦੀ ਗੜੀ ਵੱਲ ਇੱਥੇ ਛੋੜਾ ਜਿਹਾ ਛੱਡ ਕੇ ਦੋ ਮਿੰਟ ਆਪ ਇੱਥੇ ਆ ਜਾਣਾ। ਕੁਝ ਵਿਦਵਾਨਾਂ ਨੇ ਲਿਖਿਆ, ਕਹਿਣ ਲੱਗੇ ਜਦੋਂ ਚਮਕੌਰ ਦੀ ਗੜੀ ਦਾ ਜੰਗ ਹੋਣ ਲੱਗਾ ਨਾ ਤੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪਿਤਾ ਜੀ ਮੈਨੂੰ ਜੰਗ ਦੇ ਵੱਲ ਜਾਣ ਦੀ ਆਗਿਆ ਦੇਵੋ। ਮਹਾਰਾਜ ਇਹ ਜਿਹੜੇ ਦੁਸ਼ਮਣ ਚੜ ਕੇ ਆਏ ਨੇ ਜ਼ੁਲਮ ਕਰਨ ਵਾਲੇ, ਮਹਾਰਾਜ ਜੀ ਨੇ ਕਹਿੰਦੇ ਕੁਝ ਸ਼ਸਤਰ ਦਿੱਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਸਤਰਾਂ ਦੇ ਨਾਲ ਆਪਣੇ ਪੁੱਤਰਾਂ ਨੂੰ ਸਨਬਨਦ ਕੀਤਾ ਤੇ ਕਹਿਣ ਲੱਗੇ, ਤੁਰਨ ਲੱਗਿਆਂ ਜੀਤ ਸਿੰਘ ਨੂੰ ਕਿਹਾ, ਜੀਤ ਸਿੰਘਾ ਜਦੋਂ ਪਗਾਣੀ ਦੇ ਜੰਗ ਦੀ ਫਤਿਹ ਹੋਈ ਸੀਗੀ ਤੇਰਾ ਨਾਮ ਅਜੀਤ ਸਿੰਘ ਰੱਖਿਆ ਸੀਗਾ, ਚੇਤੇ ਕਰੀ। ਕਹਿਣ ਲੱਗੇ, ਆਪਣੇ ਟੁਕੜੇ ਟੁਕੜੇ ਤਾਂ ਗਰਵਾ ਲਈ ਪਰ ਇਹਨਾਂ ਜ਼ੁਲਮੀ ਲੋਕਾਂ ਦੇ ਸਾਹਮਣੇ ਈਨ ਨਾ ਮੰਨੀ, ਇਹ ਕੇਵਲ ਗੁਰੂ ਗੋਬਿੰਦ ਸਿੰਘ ਹੀ ਕਹਿ ਸਕਦਾ ਏ। ਤਾਂਹੀਓ ਜੋਗੀ ਅੱਲਾ ਯਾਰ ਖਾਂ ਨੇ ਕਿਹਾ, ਪਹਿਲਾ ਪਿਤਾ ਕਟਾਇਆ ਅਬ ਬੇਟੇ ਕਟਾਊਂਗਾ, ਗੁਰੂ ਨਾਨਕ ਕਾ ਬਾਗ ਜਿਗਰ ਖੂਨ ਸੇ ਖਿਲਾਊਂਗਾ। ਇਹ ਜਿਹੜੀ ਸਿੱਖ ਫਾਲਵਾੜੀ ਤੁਸੀਂ ਬੈਠੇ ਹੋ ਇਹ ਗੁਰੂ ਨਾਨਕ ਕਾ ਬਾਗ ਹੈ। ਜਿਹੜੇ ਛੋਟੇ ਛੋਟੇ ਬੱਚੇ ਮੈਂ ਵੇਖਿਆ ਦਮਾਲਿਆਂ ਵਾਲੇ ਨੇ, ਇਹ ਸਾਰੇ ਗੁਰੂ ਨਾਨਕ ਦਾ ਬਾਗ ਹੈ, ਗੁਰੂ ਨਾਨਕ ਦੀ ਬਗੀਚੀ ਹੈ। ਚੇਤੇ ਰੱਖੋ ਗੁਰਮੁਖੋ, ਇਸ ਬਗੀਚੀ ਨੂੰ ਪਾਣੀ ਕਿਵੇਂ ਪਾਇਆ ਗਿਆ? ਇਹ ਪਾਣੀ ਦੀ ਥਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦਾ ਖੂਨ ਪਾਇਆ ਗਿਆ। ਇਹ ਬਗੀਚੀ ਕਦੇ ਸੁੱਕੇਗੀ ਨਹੀਂ ਤੇ ਗੁਰੂ ਨਾਨਕ ਦੀ ਸਿੱਖੀ ਕਦੇ ਮੁੱਕੇਗੀ ਨਹੀਂ। ਪਹਿਲਾਂ ਪਿਤਾ ਕਟਾਇਆ ਅਬ ਬੇਟੇ ਕਟਾਊਂਗਾ, ਪਹਿਲਾਂ ਮੈਂ ਇਸ ਧਰਮ ਦੇ ਵਾਸਤੇ, ਇਸ ਦੇਸ਼ ਦੇ ਵਾਸਤੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਸੀਸ ਕਟਵਾ ਦਿੱਤਾ, ਹੁਣ ਸਮਾਂ ਪਿਆ ਤੇ ਮੈਂ ਆਪਣੇ ਪੁੱਤਰਾਂ ਨੂੰ ਇਸ ਕੌਮ ਦੀ ਖਾਤਰ, ਇਸ ਦੇਸ਼ ਦੀ ਖਾਤਰ ਮੈਂ ਵਾਰ ਦੇਵਾਂਗਾ ਤੇ ਇਹ ਗੁਰੂ ਨਾਨਕ ਦਾ ਬਾਗ ਹੈ, ਇਹ ਗੁਰੂ ਨਾਨਕ ਦੇ ਬਾਗ ਨੂੰ ਮੈਂ ਜਿਗਰ ਦਾ ਖੂਨ ਕੱਢ ਕੇ ਤੇ ਇਹਨੂੰ ਪ੍ਰਫੁੱਲਤ ਕਰਾਂਗਾ, ਇਸ ਨੂੰ ਅੱਗੇ ਲੈ ਕੇ ਜਾਵਾਂਗਾ। ਤੇ ਅੱਗੋਂ ਬਾਬਾ ਜੀਤ ਸਿੰਘ ਨੇ ਕਿਹਾ, ਜਿਹੜੇ ਸ਼ਬਦ ਕਹੇ ਨੇ ਵਿਦਵਾਨਾਂ ਨੇ ਮੈਂ ਤੁਹਾਡੇ ਸਾਹਮਣੇ ਦਹਰਾ ਦੇਵਾਂ। ਉਹ ਕਹਿੰਦਾ, ਨਾਮ ਕਾ ਅਜੀਤ ਹਾਂ, ਜੀਤਾ ਨਹੀਂ ਜਾਊਂਗਾ। ਹੇ ਪਿਤਾ ਜੀ, ਨਾਮ ਕਾ ਜੀਤ ਹਾਂ, ਜੀਤਾ ਨਹੀਂ ਜਾਊਂਗਾ, ਅਗਰ ਜੀਤ ਗਿਆ ਤੋ ਜੀਤਾ ਨਹੀਂ ਆਊਂਗਾ,
ਮੇਰਾ ਨਾਮ ਵੀ ਅਜੀਤ ਸਿੰਘ ਹੈ, ਦੁਸ਼ਮਣਾਂ ਦੇ ਪਾਸੋਂ ਮੈਂ ਜਿੱਤਿਆ ਨਹੀਂ ਜਾਵਾਂਗਾ, ਤੇ ਜੇ ਅਗਰ ਜਿੱਤ ਦਾ ਨਜ਼ਰ ਆ ਗਿਆ ਦੁਸ਼ਮਣ, ਫਿਰ ਆਪਣਾ ਆਪ ਦੁਨੀਆਂ ਤੋਂ ਮੈਂ ਕੁਰਬਾਨ ਕਰ ਦੇਵਾਂਗਾ। ਅੱਜ ਭਗਾਣੀ ਦਾ ਜੰਗ ਹੋਇਆ, ਸਾਹਿਬਜ਼ਾਦੇ ਦਾ ਜਨਮ ਹੋਇਆ ਤੇ ਪਿਤਾ ਨੇ ਨਾਮ ਰੱਖਿਆ ਬਾਬਾ ਅਜੀਤ ਸਿੰਘ, ਤੇ ਕਹਿਣ ਲੱਗੇ ਜਿੱਥੇ ਅਜੀਤ ਸਿੰਘ ਦਾ ਜਨਮ ਹੋਇਆ ਉੱਥੇ ਪੀਰ ਬਾਬਾ ਬੁੱਧੂ ਸ਼ਾਹ ਜੀ ਦੇ ਦੋ ਪੁੱਤਰ ਸ਼ਹੀਦ ਹੋ ਗਏ, ਮਰੀਦ ਸ਼ਹੀਦ ਹੋ ਗਏ। ਪੀਰ ਬਾਬਾ ਬੁੱਧੂ ਸ਼ਾਹ ਜੀ ਦੇ ਕਹਿੰਦੇ ਨੇ ਗੁਰਮੁਖ ਪਿਆਰੋ ਭਤੀਜੇ ਵੀ ਸ਼ਹੀਦ ਹੋ ਗਏ। ਭਗਾਣੀ ਦੇ ਜੰਗ ਵਿੱਚ ਫਤਿਹ ਪ੍ਰਾਪਤ ਹੋ ਗਈ, ਧੌਂਸਾ ਵੱਜ ਗਿਆ, ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਜਿੱਤ ਹੋਈ। ਮਹਾਰਾਜ ਜੀ ਨਦੀ ਦੇ ਕੰਢੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬੈਠੇ ਹੋਏ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਅੱਗੇ ਕੇਸਕੀ ਵਿਛੀ ਹੋਈ ਹੈ, ਮਹਾਰਾਜ ਪਾਤਸ਼ਾਹ ਜੀ ਦੇ ਸੁਨਹਿਰੀ ਕੇਸ। ਮਹਾਰਾਜ ਪਾਤਸ਼ਾਹ ਜੀ ਆਪਣੇ ਕੰਘੇ ਦੇ ਨਾਲ ਉਹ ਕੇਸਾਂ ਨੂੰ ਸਤਿਗੁਰੂ ਜੀ ਵਾਹ ਰਹੇ ਨੇ। ਕਹਿਣ ਲੱਗੇ ਆ ਬਾਬਾ ਪੀਰ ਬੁੱਧੂ ਸ਼ਾਹ ਜੀ ਨੇ ਨਮਸਕਾਰ ਕੀਤੀ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਸਾਡੀਆਂ ਮੰਗਾਂ ਦੇ ਵਿੱਚ, ਪੀਰ ਬਾਬਾ ਬੁੱਧੂ ਸ਼ਾਹ ਜੀ ਦੀਆਂ ਮੰਗਾਂ ਦੇ ਵਿੱਚ ਢੇਰ ਸਾਰਾ ਅੰਤਰ ਹੈ। ਅਸੀਂ ਮੰਗਦੇ ਕੀ ਹਾਂ, ਜੋ ਮੰਗੈ ਤੋ ਮੰਗੇ ਬੀਆ, ਜਾਤੇ ਕੁਸਲ ਨਾ ਕਾਹੂ ਥੀਆ। ਅਸੀਂ ਮੰਗਦੇ ਕੁਝ ਹੋਰ ਪਦਾਰਥਾਂ ਦੇ ਤਾਈ। ਹੁਣ ਪੀਰ ਬਾਬਾ ਬੁੱਧੂ ਸ਼ਾਹ ਜੀ ਦੇ ਪਾਸੋਂ ਸੁਣੀਏ, ਉਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਸੋਂ ਕੀ ਮੰਗਿਆ। ਮਹਾਰਾਜ ਪਾਤਸ਼ਾਹ ਜੀ ਨੂੰ ਕਹਿੰਦਾ, ਮਹਾਰਾਜ ਆਪ ਜੀ ਨੂੰ ਵਧਾਈ ਹੋਵੇ, ਪਹਿਲਾਂ ਜੰਗ ਦੀ ਫਤਿਹ ਹੋ ਗਈ ਤੇ ਦੂਸਰਾ ਮਹਾਰਾਜ ਆਪ ਜੀ ਦੇ ਘਰ ਦੇ ਵਿੱਚ ਸਾਹਿਬਜ਼ਾਦੇ ਨੇ ਜਨਮ ਲਿਆ, ਨੇਤਰਾਂ ਦੇ ਵਿੱਚ ਆਂਸੂ ਨਹੀਂ ਗਏ, ਮੇਰੇ ਪੁੱਤਰ ਸ਼ਹੀਦ ਹੋ ਗਏ ਨੇ, ਇਹਦਾ ਕੋਈ ਗਿਲਾ ਸ਼ਿਕਵਾ ਨਹੀਂ। ਆ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਬਹਿ ਗਿਆ ਤੇ ਮੇਰੇ ਸ਼ਹਿਨਸ਼ਾਹ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੋਲੇ, ਪੀਰ ਜੀ ਤੁਸੀਂ ਜਿਹੜੀ ਆਪਣੀ ਜ਼ੁਬਾਨ ਦਿੱਤੀ ਸੀ ਉਹ ਜ਼ੁਬਾਨ ਤੇ ਖਰੇ ਉਤਰੇ ਹੋ। ਅੱਜ ਤੇਰੇ ਉੱਪਰ ਗੁਰੂ ਨਾਨਕ ਦਾ ਘਰ ਬੜਾ ਤੁੱਠਾ ਏ, ਅੱਜ ਜੋ ਕੁਝ ਵੀ ਮੰਗੇਗਾ ਤੈਨੂੰ ਅਸੀਂ ਦੇਣ ਵਾਸਤੇ ਤਿਆਰ ਹਾਂ। ਹੁਣ ਸਿੱਖ ਦੀ ਗੁਰਮੁਖੋ ਮੰਗਣਾ ਦੀ ਬਿਰਤੀ ਕਿਹੋ ਜੀ ਹੈ ਤੇ ਗੁਰੂ ਦੇਣ ਵਾਸਤੇ ਕੀ ਤਿਆਰ ਹੈ। ਤੇ ਪੀਰ ਬਾਬਾ ਬੁੱਧੂ ਸ਼ਾਹ ਜੀ ਕਹਿਣ ਲੱਗੇ, ਮਹਾਰਾਜ ਆਪ ਜੀ ਦਾ ਦਿੱਤਾ ਹੋਇਆ ਸਭ ਕੁਝ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੁਬਾਰਾ ਫਿਰ ਕਿਹਾ, ਕਹਿੰਦੇ ਪੀਰ ਜੀ ਕੁਝ ਨਾ ਕੁਝ ਤੂੰ ਮੰਗ ਲੈ। ਅੱਜ ਤੀਸਰਾ ਬਚਨ ਹੋਇਆ ਏ ਤੇ ਪੀਰ ਬਾਬਾ ਬੁੱਧੂ ਸ਼ਾਹ ਜੀ ਖੜਾ ਹੋ ਗਿਆ ਦੋਵੇਂ ਹੱਥ ਜੋੜ ਕੇ ਤੇ ਮੰਗਣ ਕੀ ਲੱਗਾ। ਮਹਾਰਾਜ ਜੇ ਤੁਸੀਂ ਤੁੱਠੇ ਹੋ, ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ, ਇਹਾ ਭਾਈ ਮੂੰਹ ਦਾਤੜੀ ਨੇ ਤੇ ਹਿਰਦੈ ਰੱਖਾਂ ਸੰਭਾਲ। ਹੇ ਗੁਰੂ ਗੋਬਿੰਦ ਸਿੰਘ ਜੀ ਜੇ ਤੁਸੀਂ ਤੁੱਠੇ ਹੋ ਨਾ, ਆ ਜਿਹੜਾ ਕੇਸਾਂ ਦੇ ਸਮੇਤ ਕੰਘਾ ਹੈ, ਇਹ ਸਮੇਤ ਕੇਸਾਂ ਦੇ ਕੰਘਾ ਜਿਹੜਾ ਮਹਾਰਾਜ ਮੇਰੀ ਝੋਲੀ ਦੇ ਵਿੱਚ ਪਾ ਦਿਓ, ਜਿਹੜਾ ਇਹ ਦਸਤਾਰ ਦਾ ਟੁਕੜਾ ਇਹ ਵੀ ਦਾਸ ਦੀ ਝੋਲੀ ਦੇ ਵਿੱਚ ਪਾ ਦਿਓ। ਮਹਾਰਾਜ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਪੀਰ ਜੀ ਇਹ ਤੁਸੀਂ ਕੀ ਕਰੋਗੇ। ਆਦਾ ਮਹਾਰਾਜ ਮੇਰੇ ਮਿੱਤਰ ਦੀ ਨਿਸ਼ਾਨੀ ਹੈ ਤੇ ਮੈਂ ਇਸ ਮਿੱਤਰ ਦੀ ਨਿਸ਼ਾਨੀ ਨੂੰ ਸਾਂਭ ਸਾਂਭ ਕੇ ਰੱਖਾਂਗਾ। ਮਹਾਰਾਜ ਜੀ ਬੜੇ ਪ੍ਰਸੰਨ ਹੋਏ। ਗੁਰੂ ਗੋਬਿੰਦ ਸਿੰਘ ਜੀ ਉਹ ਮੈਂ ਇੱਕ ਵਾਰੀ ਦੁਹਰਾ ਦੇਵਾਂ, ਜਿਹੜੇ ਉਹ ਕੇਸ ਤੇ ਕੰਘਾ ਹੈ, ਉਹ ਦਸਤਾਰ ਹੈ, ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਪਏ ਹੋਏ ਨੇ। ਮੈਂ ਉੱਥੋਂ ਦੀਆਂ ਸਭਾਵਾਂ ਕੀਤੀਆਂ ਨੇ, ਪੰਜ ਸਾਲ ਤਿੰਨ ਸਾਲ ਮੈਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਥਾ ਕੀਤੀ, ਇੱਕ ਸਾਲ ਮੈਂ ਗ੍ਰੰਥੀ ਸਿੰਘ ਦੀ ਡਿਊਟੀ ਕੀਤੀ, ਫਿਰ ਲਗਭਗ ਮੈਂ 10-11 ਮਹੀਨੇ ਉੱਥੇ ਹੈੱਡ ਗ੍ਰੰਥੀ ਦੀਆਂ ਸਭਾਵਾਂ ਨਿਭਾਈਆਂ ਨੇ। ਉਹ ਤਕਰੀਬਨ ਸਾਰੇ ਸ਼ਸਤਰ ਬਸਤਰ ਮੇਰੇ ਹੱਥਾਂ ਦੇ ਵਿੱਚ ਦੀ ਗੁਜ਼ਰੇ। ਮੈਨੂੰ ਉੱਥੇ ਤਕਰੀਬਨ 5 ਸਾਲ ਉਹ ਸ਼ਸਤਰਾਂ ਨੂੰ ਮੱਥਾ ਟੇਕਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਜਿੱਥੇ ਕੋਈ ਨਹੀਂ ਜਾ ਸਕਦਾ ਉਸ ਕਮਰੇ ਦੇ ਵਿੱਚ ਜਿੱਥੇ ਮਹਾਰਾਜ ਜੀ ਦੇ ਸ਼ਸਤਰ ਬਸਤਰ ਪਏ। ਉੱਥੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ 5 ਸਾਲ ਦਾਸ ਨੂੰ ਉੱਥੇ ਸੇਵਾ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਡੇਢ ਤਕਰੀਬਨ 3 ਸਾਲ ਮੈਂ ਉੱਥੇ ਕਬਾੜ ਦੀ ਸੇਵਾ ਖੁੱਲੀ ਹੈ, 1.5 ਸਾਲ 1:30 ਵਜੇ ਉੱਥੇ ਕਬਾੜ ਖੁੱਲਦਾ ਹੈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ।
ਫਿਰ ਸਾਰਾ ਦੁੱਧ ਨਾਲ ਧੋਤਾ ਜਾਂਦਾ ਹੈ। ਤਕਰੀਬਨ ਡੇਢ ਵਜੇ ਜਾ ਕੇ ਕਵਾੜ ਖੁੱਲਣਾ ਤੇ ਤੁਹਾਡੇ ਵਰਗੀਆਂ ਸੰਗਤਾਂ ਜਾ ਕੇ ਅੰਮ੍ਰਿਤ ਵੇਲੇ ਉੱਥੇ ਬੈਠ ਜਾਂਦੀਆਂ ਨੇ। ਚੌਪਈ ਸਾਹਿਬ ਦਾ ਪਾਠ ਹੁੰਦਾ ਤੇ ਘਰਾਂ ਤੋਂ ਦੁੱਧ ਲੈ ਕੇ ਆਉਂਦੀਆਂ ਸੰਗਤਾਂ। ਫਿਰ ਅੰਦਰ ਜਿਹੜਾ ਮਹਾਰਾਜ ਜੀ ਦੇ ਜਿੱਥੇ ਤੰਬੂ ਲਾਇਆ ਸੀਗਾ, ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ, ਉੱਥੋਂ ਦੇ ਉਹ ਹੈੱਡ ਗ੍ਰੰਥੀ ਤੇ ਗ੍ਰੰਥੀ ਸਿੰਘ ਜਾਂ ਪੰਜ ਪਿਆਰੇ ਸਾਹਿਬਾਨੀ ਅੰਦਰ ਜਾ ਕੇ ਉਹ ਸਾਰੇ ਮਹਾਰਾਜ ਜੀ ਦੇ ਦੁੱਧ ਦੀ ਸੇਵਾ ਕਰਦੇ ਨੇ। ਖੈਰ, ਮੇਰੇ ਚੰਗੇ ਭਾਗ, ਮੈਂ ਉੱਥੋਂ ਦੀਆਂ ਸਵਾਬਾਂ ਨਿਭਾਈਆਂ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ। ਉੱਥੇ ਅੱਜ ਉਹ ਕੰਘਾ ਸਾਹਿਬ ਤੇ ਮਹਾਰਾਜ ਜੀ ਦੇ ਕੇਸ ਤੇ ਮਹਾਰਾਜ ਜੀ ਦੀ ਦਸਤਾਰ ਉਹ ਸ਼ੀਸ਼ੇ ਦੇ ਵਿੱਚ ਪਏ ਹੋਏ ਨੇ। ਅੱਜ ਵੀ ਤੁਸੀਂ ਜਦੋਂ ਕੇਸਗੜ੍ਹ ਸਾਹਿਬ ਜਾਵੋਗੇ ਤਖ਼ਤ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਤੇ ਗੁਰਮੁਖੋ ਉੱਥੇ ਉਹਦੇ ਦਰਸ਼ਨ ਕਰ ਸਕਦੇ ਹੋ। ਪੀਰ ਬਾਬਾ ਬੁੱਧੂ ਸ਼ਾਹ ਜੀ ਨੇ ਇਹ ਵਸਤੂਆਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਤੋਂ ਆਪਣੇ ਨਗਰ ਆ ਗਿਆ ਤੇ ਇਹਦੀ ਬੇਗਮ ਦਾ ਨਾਂ ਸੀਗਾ ਬੇਗਮ ਨਸ਼ੀਰਾ। ਤੁਸੀਂ ਇਤਿਹਾਸ ਦੇ ਵਿੱਚ ਸੁਣਿਆ ਹੋਵੇਗਾ, ਕਹਿੰਦੇ ਬੇਗਮ ਨਸ਼ੀਰਾ ਆਪਣੇ ਘਰ ਵਿੱਚ ਆਪਣੇ ਪਤੀ ਦੀ ਉਡੀਕ ਕਰ ਰਹੀ ਹੈ। ਉਹਨੇ ਆਪਣੇ ਹੱਥਾਂ ਦੇ ਨਾਲ ਆਪਣੇ ਚਾਰ ਪੁੱਤਰਾਂ ਨੂੰ ਤੋਰਿਆ ਸੀਗਾ ਪੀਰ ਜੀ ਦੇ ਨਾਲ, ਆਪਣੇ ਭਤੀਜਿਆਂ ਨੂੰ ਤੋਰਿਆ ਤੇ ਕਹਿੰਦੇ ਜਦੋਂ ਪੀਰ ਜੀ ਨੇ ਆਪਣੇ ਦਹਲੀਜ ਦੇ ਵਿੱਚ ਕਦਮ ਰੱਖਿਆ ਨਾ ਤੇ ਨਸ਼ੀਰਾ ਨੇ ਪੁੱਛਿਆ, ਕਹਿੰਦੇ ਸਵਾਮੀ, ਪੀਰ ਜੀ ਉਹਨੇ ਸ਼ਬਦ ਵਰਤੇ, ਕਹਿੰਦੀ ਪੀਰ ਜੀ ਮੇਰੇ ਦੋ ਪੁੱਤਰ ਨਿਗਾਹ ਦੇ ਵਿੱਚ ਨਹੀਂ ਆਉਂਦੇ, ਮੇਰੇ ਦੋ ਪੁੱਤਰ ਨਿਗਾਹ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਉਹਨੇ ਹੱਥੀ ਤੋਰੇ ਸਨ ਭਗਾਣੀ ਦੇ ਜੰਗ ਵਾਸਤੇ। ਤੇ ਨਸ਼ੀਰਾ ਬੇਗਮ ਨੂੰ ਪਤਾ ਸੀ ਜਿਹੜੇ ਨਜ਼ਰ ਨਹੀਂ ਆ ਰਹੇ ਤੇ ਇਹਦਾ ਮਤਲਬ ਹੈ ਉਹ ਸ਼ਹੀਦ ਹੋ ਗਏ ਨੇ। ਨਸ਼ੀਰਾ ਨੇ ਕਿਹਾ, ਪੀਰ ਬਾਬਾ ਬੁੱਧੂ ਸ਼ਾਹ ਜੀ ਦੀ ਪਤਨੀ ਨੇ ਕਿਹਾ, ਪੀਰ ਜੀ ਦੋ ਪੁੱਤਰ ਮੈਨੂੰ ਨਿਗਾਹ ਦੇ ਵਿੱਚ ਨਹੀਂ ਆ ਰਹੇ ਤੇ ਇਹ ਗੱਲ ਨੂੰ ਟਾਲਦਿਆਂ ਹੋਇਆ ਪੀਰ ਜੀ ਨੇ ਕੁਝ ਸ਼ਬਦ ਕਹੇ। ਕਹਿੰਦੇ ਬੇਗਮ ਨਸ਼ੀਰਾ, ਦੇਖ ਮੈਂ ਕੀ ਲੈ ਕੇ ਆਇਆ, ਜਿਸ ਨੂੰ ਦੇਵਤੇ ਲੋਚਦੇ ਨੇ, ਜਿਸ ਨੂੰ ਸੰਸਾਰ ਦੇ ਲੋਕ ਰੋਚਦੇ ਨੇ ਕਲਗੀਆਂ ਵਾਲੇ ਦੀ ਚਰਨ ਸ਼ਰਨ ਨੂੰ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀਆਂ ਕੁਝ ਵਸਤੂਆਂ ਲੈ ਕੇ ਆਇਆ ਜਿਨ੍ਹਾਂ ਨੂੰ ਦੇਖਣਾ ਬੜੀ ਦੂਰ ਦੀ ਗੱਲ ਤੇ ਉਹ ਵਸਤੂਆਂ ਨੂੰ ਮੇਰੇ ਹੱਥਾਂ ਦੇ ਵਿੱਚ ਫੜਿਆ, ਦੇਖ ਖੋਲੀਆਂ ਉਹ ਵਸਤੂਆਂ ਤੇ ਆਪਣੀ ਬੇਗਮ ਨੂੰ ਕਿਹਾ, ਬੇਗਮ ਇਹ ਕੰਘਾ ਹੈ ਤੇ ਕੰਘਾ ਦੇ ਵਿੱਚ ਵੇਖ ਵਾਹਿਗੁਰੂ ਜੀ ਦੇ ਸੁਨਹਿਰੀ ਕੇਸ ਮੇਰੇ ਗੁਰੂ ਗੋਬਿੰਦ ਸਿੰਘ ਜੀ ਦੇ। ਇਤਿਹਾਸ ਦੇ ਸਾਡੇ ਪੰਨੇ ਕਹਿੰਦੇ ਨੇ ਮਹਾਰਾਜ ਜੀ ਦੇ ਜਿਹੜੇ ਕੇਸ ਸਨ ਨਾ ਉਹ ਤਾਂਬੇ ਦੀ ਤਰ੍ਹਾਂ ਸਨ, ਜਿਵੇਂ ਤਾਂਬਾ ਲਿਸ਼ਕਦਾ ਹੁੰਦਾ ਹੈ, ਸੁਨਹਿਰੀ ਕੇਸ ਵੇਖ ਮੇਰੇ ਕਲਗੀਆਂ ਵਾਲੇ ਦੇ ਸੁਨਹਿਰੀ ਕੇਸ ਨੇ, ਵੇਖ ਮਹਾਰਾਜ ਜੀ ਦੀ ਦਸਤਾਰ ਨੇ। ਨਸ਼ੀਰਾ ਨੇ ਕੇਸ ਦੇ ਵੱਲ ਵੇਖਿਆ, ਕੰਘੇ ਦੇ ਵੱਲ ਵੇਖਿਆ ਗੁਰਮੁਖੋ, ਦਸਤਾਰ ਦੇ ਵੱਲ ਵੇਖਿਆ ਤੇ ਕਹਿੰਦੀ, ਪੀਰ ਜੀ ਇਹਨਾਂ ਕੇਸਾਂ ਦੇ ਬਦਲੇ, ਇਹਨ ਕੰਘੇ ਦੇ ਬਦਲੇ ਤੇ ਦਸਤਾਰ ਦੇ ਬਦਲੇ ਮੇਰੇ ਦੋ ਪੁੱਤਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਉੱਪਰੋਂ ਵਾਰ ਆਉਂਦੇ ਨੇ। ਜਦੋਂ ਇਹ ਵੇਖਿਆ ਤੇ ਆਪਣੇ ਪੁੱਤਰਾਂ ਦਾ ਗਮ ਸਹਾਰ ਨਾ ਸਕੀ ਤੇ ਪੀਰ ਜੀ ਨੇ ਕਿਹਾ, ਬੇਗਮ ਮੈਂ ਤੇਰੇ ਦੋ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰੋਂ ਵਾਰ ਆਉਂਦੇ ਨੇ। ਕੋਈ ਇਹੋ ਜਿਹਾ ਪੀਰ ਹੋਵੇਗਾ, ਕੋਈ ਇਹੋ ਜਿਹਾ ਮੁਸਲਮਾਨ ਪੀਰ ਹੋਵੇਗਾ ਜਿਹੜਾ ਆਪਣੀ ਬੇਗਮ ਨੂੰ ਕਹੇ, ਬੇਗਮ ਮੈਂ ਆਪਣੇ ਦੋ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰੋਂ ਵਾਰ ਆਉਂਦੇ ਨੇ। ਇੱਕ ਮਿੰਟ ਵਾਸਤੇ ਮੈਂ ਪਾਸੇ ਜਾਣਾ, ਇੱਕ ਪੀਰ ਹੋਰ ਹੋਇਆ ਹੈ, ਉਹ ਵੀ ਮੁਸਲਮਾਨ, ਉਹਦਾ ਨਾਮ ਹੈ ਕੋਟਲਾ ਨਿਹੰਗ ਖਾਂ। ਗੁਰਮੁਖੋ ਖਿਆਲ ਕਰੋ ਜੇ ਮੇਰਾ ਕੇਵਲ ਇੱਕ ਟੌਪਿਕ ਤੇ ਮੈਂ ਲੈ ਕੇ ਚੱਲਿਆ ਕਿ ਜਿਨ੍ਹਾਂ ਲੋਕਾਂ ਨੇ ਤਰਕ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮੁਸਲਮਾਨ ਇੱਕ ਫਿਰਕੇ ਦੇ ਨਾਲ ਜੰਗ, ਮਹਾਰਾਜ ਜੀ ਦੀ ਨਹੀਂ ਸੀ ਜੰਗ, ਉਹ ਜ਼ੁਲਮ ਦੇ ਵਿਰੁੱਧ ਲੜੇ ਤੇ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਸ਼ਮਸ਼ੀਰ ਫੜੀ ਉਹ ਸੰਤਾਂ ਨੂੰ ਤਾਰਨ ਵਾਸਤੇ ਤੇ ਦੁਸ਼ਟਾਂ ਨੂੰ ਮਹਾਰਾਜ ਜੀ ਖਤਮ ਕਰਨ ਵਾਸਤੇ ਆਏ। ਮੈਂ ਕੁਝ ਦਸਮ ਗ੍ਰੰਥ ਦੀਆਂ ਪੰਕਤੀਆਂ ਪੜ੍ਹਾਂ। ਮਹਾਰਾਜ ਜੀ ਕਹਿੰਦੇ ਨੇ, ਖਗ ਖੰਡ ਬਹੰਡੰ ਖਲਦਲ ਖੰਡੰ ਅਤਰਨ ਮੰਡੰ ਬਰ ਬੰਡੰ ਭੁਜ ਦਾਂਡਿਆ ਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾਂ ਕਰਨੰ ਦੁਰਮਤ ਦਰਨੰ।
ਮੈਂ ਸੰਤਾਂ ਨੂੰ ਸੁੱਖ ਦੇਣ ਵਾਸਤੇ ਆਇਆ। ਸੁੱਖ ਸੰਤਾਂ ਕਰਨੰ ਦੁਰਮਤ ਦਰਨੰ, ਇੱਥੇ ਕਿਸੇ ਮੁਸਲਮਾਨ ਦਾ ਨਾਮ ਨਹੀਂ ਗਾ। ਦੁਰਮਤ ਦਾ ਅਰਥ ਹੁੰਦਾ ਹੈ ਖੋਟੀ ਮਤ ਵਾਲਾ, ਦੁਰਮਤ ਦਰਨੰ, ਦਰਨੰ ਦਾ ਅਰਥ ਹੁੰਦਾ ਦਲਣਾ, ਖਤਮ ਕਰਨਾ। ਮੈਂ ਇੱਥੇ ਖੋਟੀ ਮਤ ਵਾਲਿਆਂ ਨੂੰ ਖਤਮ ਕਰਨ ਵਾਸਤੇ ਆਇਆ ਤੇ ਸੰਤਾਂ ਨੂੰ ਤਾਰਨ ਵਾਸਤੇ ਆਇਆ। ਸੁੱਖ ਸੰਤਾਂ ਕਰਨੰ ਦੁਰਮਤ ਦਰਨੰ, ਕਿਲਬਖ ਹਰਨੰਗ ਅਸ ਸਰਨੰ, ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ, ਮਮ ਪ੍ਰਤ ਪਾਰਨੰਗ ਜੈ ਤੇਗ। ਮੇਰੀ ਜਿਹੜੀ ਤੇਗ ਹੈ ਉਦੋਂ ਤੱਕ ਪਾਲਣਾ ਕਰਦੀ ਰਹੇਗੀ ਜਦੋਂ ਤੱਕ ਇਹ ਦੁਨੀਆਂ ਦੇ ਉੱਪਰ ਸ੍ਰਿਸ਼ਟੀ ਜਿਉਂਦੀ ਹੈ, ਉਦੋਂ ਤੱਕ ਮੇਰੀ ਤੇਗ ਇਹ ਪਾਲਣਾ ਕਰਦੀ ਰਹੇਗੀ। ਇਹ ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਇੱਕ ਨੀ ਸੈਂਕੜੀਆਂ ਇਹੋ ਜਿਹੀਆਂ ਐਗਜ਼ਾਮਪਲਾਂ ਨੇ। ਜਦੋਂ ਅਸੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਰੋਪੜ ਦੇ ਵੱਲ ਆਉਂਦੇ ਹਾਂ ਤੇ ਤੁਸੀਂ ਸਿੱਖ ਬੈਠੇ ਹੋ, ਕਦੇ ਪੰਜਾਬ ਦੇ ਦਰਸ਼ਨ ਹੋਣ, ਮੈਂ ਇਹੀ ਬੇਨਤੀ ਕਰਾਂ ਆਪਣੇ ਬੱਚਿਆਂ ਨੂੰ, ਸਾਡਾ ਉਹ ਇਤਿਹਾਸ ਦਿਖਾ ਕੇ ਆਇਆ ਕਰੋ ਜਿਹੜਾ ਇਤਿਹਾਸ ਸਾਡੇ ਵਡੇਰਿਆਂ ਨੇ ਲਿਖਿਆ ਹੋਇਆ ਹੈ। ਜਦੋਂ ਅਸੀਂ ਅਨੰਦਪੁਰ ਸਾਹਿਬ ਤੋਂ ਰੋਪੜ ਦੇ ਵੱਲ ਗੁਰਮੁਖੋ ਆਉਂਦੇ ਹਾਂ ਤੇ ਕੋਟਲੇ ਦੇ ਵਿੱਚ ਨਾਲ ਇੱਕ ਨਗਰ ਆਉਂਦਾ, ਉਸ ਨਗਰ ਦਾ ਨਾਂ ਹੈ ਕੋਟਲਾ ਨਿਹੰਗ ਖਾਂ। ਨਿਹੰਗ ਖਾਂ ਮਹਾਰਾਜ ਪਾਤਸ਼ਾਹ ਜੀ ਦਾ ਬੜਾ ਮਰੀਦ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਇਹਦਾ ਦਾਦਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੇ ਜਾਂਦਾ ਸੀ, ਇਹਦਾ ਦਾਦੇ ਦਾ ਨਾਮ ਸੀ ਸ਼ਮਸ਼ ਬੇਗ। ਇਹ ਕੋਟਲਾ ਨਿਹੰਗ ਖਾਂ ਮਹਾਰਾਜ ਜੀ ਦੇ ਕੋਲੇ ਜਾਂਦਾ ਆਨੰਦਪੁਰ ਸਾਹਿਬ, ਤੇ ਮਹਾਰਾਜ ਜੀ ਦੇ ਕੋਲੇ ਚਰਨਾਂ ਦੇ ਵਿੱਚ ਕੀਰਤਨ ਸੁਣਦਾ ਤੇ ਆ ਜਾਂਦਾ। ਮੈਂ ਛੋਟੀ ਜਿਹੀ ਐਗਜ਼ਾਮਪਲ ਦੇਵਾਂ, ਜਦੋਂ ਆਨੰਦਪੁਰ ਸਾਹਿਬ ਮਹਾਰਾਜ ਜੀ ਨੇ ਛੱਡਿਆ, ਅੰਮ੍ਰਿਤ ਵੇਲੇ ਆਨੰਦਪੁਰ ਸਾਹਿਬ ਛੱਡ ਦਿੱਤਾ, ਮਹਾਰਾਜ ਪਾਤਸ਼ਾਹ ਜੀ ਦੇ ਨਾਲ ਕੁਝ ਜ਼ੁਲਮੀ ਲੋਕਾਂ ਦੀਆਂ ਝੜਪਾਂ ਹੁੰਦੀਆਂ ਰਹੀਆਂ। ਕੁਝ ਪਹਾੜੀਏ ਰਾਜੇ ਸਨ, ਕੁਝ ਮੁਗਲ ਰਾਜੇ ਸਨ, ਝੜਪਾਂ ਹੁੰਦੀਆਂ ਆਈਆਂ। ਇੱਕ ਰਸਤੇ ਦੇ ਵਿੱਚ ਸ਼ਾਹੀ ਟਿੱਬੀ ਆਉਂਦੀ ਹੈ, ਉਹ ਸ਼ਾਹੀ ਟਿੱਬੀ ਦੇ ਉੱਪਰ ਵੀ ਝੜਪ ਹੋਈ। ਉਸ ਝੜਪ ਦੇ ਵਿੱਚ ਭਾਈ ਬਚਿੱਤਰ ਸਿੰਘ ਜ਼ਖਮੀ ਹੋ ਗਏ। ਉਹ ਭਾਈ ਬਚਿੱਤਰ ਸਿੰਘ ਜਿਸ ਨੇ ਹਾਥੀ ਦੇ ਉੱਪਰ ਨਾਗਣੀ ਮਾਰੀ, ਉਹ ਨਾਗਣੀ ਅੱਜ ਵੀ ਤਖ਼ਤ ਸਾਹਿਬ ਤੇ ਮੌਜੂਦ ਹੈ। ਭਾਈ ਬਚਿੱਤਰ ਸਿੰਘ ਜ਼ਖਮੀ ਹੋ ਗਏ ਤੇ ਮਹਾਰਾਜ ਪਾਤਸ਼ਾਹ ਜੀ ਨੂੰ ਸਿੰਘਾਂ ਨੇ ਕਿਹਾ, ਮਹਾਰਾਜ ਭਾਈ ਬਚਿੱਤਰ ਸਿੰਘ ਜ਼ਖਮੀ ਹੋ ਗਏ ਨੇ, ਤੇ ਮਹਾਰਾਜ ਹੁਣ ਕੀ ਕੀਤਾ ਜਾਵੇ, ਇਹਨਾਂ ਕੋਲੇ ਸਮਰੱਥਾ ਨਹੀਂ ਵੀ ਅੱਗੇ ਤੁਰ ਸਕਣ। ਮਹਾਰਾਜ ਜੀ ਨੇ ਕਿਹਾ, ਇਹ ਨਗਰ ਕਿਹਦਾ? ਕਹਿੰਦੇ ਕੋਟਲਾ ਨਿਹੰਗ ਖਾਂ ਦਾ। ਮਹਾਰਾਜ ਜੀ ਨੇ ਸਿੰਘਾਂ ਦੇ ਸਮੇਤ ਭਾਈ ਬਚਿੱਤਰ ਸਿੰਘ ਨੂੰ ਚੱਕ ਕੇ ਕੋਟਲਾ ਨਿਹੰਗ ਖਾਂ ਦੇ ਘਰ ਵਿੱਚ ਚਲੇ ਗਏ। ਉਹ ਸਮਾਂ ਜਦੋਂ ਕਹਿਣ ਲੱਗੇ, ਕਈ ਸਿੱਖਾਂ ਨੇ ਵੀ ਆਪਣੇ ਦਰਵਾਜ਼ੇ ਬੰਦ ਕਰ ਲਏ ਸਨ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਾਡੇ ਘਰ ਵਿੱਚ ਨਾ ਆਉਣ, ਇਹਨੂੰ ਸਰਕਾਰ ਨੇ ਬਾਗੀ ਕਹਿ ਦਿੱਤਾ ਏ, ਤੇ ਜੇ ਸਾਡੇ ਘਰ ਵਿੱਚ ਆਵੇਗਾ ਤੇ ਸਾਡੇ ਬੱਚਿਆਂ ਤੇ ਵੀ ਭੀੜ ਪੈ ਸਕਦੀ ਹੈ। ਤੇ ਕੋਟਲਾ ਨਿਹੰਗ ਖਾਂ ਨੇ ਦਰਵਾਜ਼ਾ ਖੋਲਿਆ, ਉਹਦੀਆਂ ਪਲਕਾਂ ਖਿਲ ਗਈਆਂ ਆਪਣੇ ਮੁਰਸ਼ਦ ਨੂੰ ਦੇਖ ਕੇ। ਪਤਾ ਸੀ ਮੇਰੇ ਮੁਰਸ਼ਦ ਦੇ ਮਗਰ ਅਨੇਕਾਂ 10 ਲੱਖ ਫੌਜ ਲੱਗੀ ਹੋਈ ਹੈ, ਪਰ ਫੇਰ ਵੀ ਕੋਟਲਾ ਨਿਹੰਗ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਦੋਵੇਂ ਹੱਥ ਜੋੜ ਕੇ ਕਿਹਾ ਸੀ, ਮਹਾਰਾਜ ਮੇਰੇ ਲਾਇਕ ਕੋਈ ਸੇਵਾ ਦੱਸੋ। ਮਹਾਰਾਜ ਜੀ ਨੇ ਕਿਹਾ ਸੀਗਾ, ਸੇਵਾ ਕੋਈ ਨੀ, ਅਸੀਂ ਅੱਗੇ ਨੂੰ ਜਾ ਰਹੇ ਹਾਂ, ਸਾਡੇ ਪਿੱਛੇ ਫੌਜਾਂ ਨੇ, ਤੇ ਇਹ ਸਾਡਾ ਸਿੰਘ ਹੈ ਭਾਈ ਬਚਿੱਤਰ ਸਿੰਘ, ਇਹ ਜ਼ਖਮਾਂ ਦੀ ਤਾਪ ਦੇ ਅੰਦਰ ਹੈ ਤੇ ਇਸ ਨੂੰ ਆਪਣੇ ਘਰ ਦੇ ਵਿੱਚ ਪਨਾਹ ਦੇ ਤੇ ਇਹਦਾ ਇਲਾਜ ਹੋ ਸਕਿਆ ਤੇ ਇਲਾਜ ਕਰਵਾਈ। ਮਹਾਰਾਜ ਜੀ ਉੱਥੇ ਭਾਈ ਬਚਿੱਤਰ ਸਿੰਘ ਨੂੰ ਪਾ ਕੇ ਕੋਟਲਾ ਨਿਹੰਗ ਖਾਂ ਦੇ ਘਰ ਦੇ ਅੰਦਰ। ਕੋਟਲਾ ਨਿਹੰਗ ਖਾਂ ਨੇ ਕਿਹਾ ਸੀ, ਮਹਾਰਾਜ ਮੇਰੇ ਘਰ ਵਿੱਚ ਠਹਿਰੋ, ਤੇ ਮਹਾਰਾਜ ਪਾਤਸ਼ਾਹ ਜੀ ਅੱਗੇ ਨੂੰ ਵੱਧ ਗਏ। ਹੁਣ ਮਹਾਰਾਜ ਜੀ ਹਜੇ ਸਤਿਗੁਰੂ ਜੀ ਪਰਿਵਾਰ ਵਿਛੋੜੇ ਦੀ ਧਰਤੀ ਉੱਤੇ ਪਹੁੰਚੇ ਸਨ, ਤੇ ਜੋਗੀ ਨੇ ਇੱਥੇ ਕੁਝ ਅਲਫਾਜ਼ ਲਿਖੇ ਨੇ, ਉਰਦੂ ਦੇ ਸ਼ਾਇਰ ਨੇ, ਜਬ ਦੂਰ ਸੇ ਦਰਿਆ ਸੇ ਕਿਨਾਰੇ ਨਜ਼ਰ ਆਏ, ਡੂਬੇ ਹੋਏ ਸਰਸਾ ਮੇ ਪਿਆਰੇ ਨਜ਼ਰ ਆਏ, ਜਿਹ ਦੇਖ ਕੇ ਸਤਿਗੁਰੂ ਕੇ ਦੁਲਾਰੇ ਨਜ਼ਰ ਆਏ, ਕਹਤੇ ਥੇ ਇਜਾਜ਼ਤ ਨਹੀਂ ਹੈ ਹਮੇ ਰਨ ਕੀ,
ਮੱਟੀ ਤੱਕ ਉਡਾ ਸਕਦੇ ਹਾਂ ਦੁਸ਼ਮਣ ਕੇ ਚਮਨ ਕੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਕਾਸ਼ ਦੇ ਵੱਲ ਦੇਖਿਆ, ਸਿੰਘਾਂ ਨੂੰ ਕਿਹਾ ਮੇਰੇ ਕਾਲ ਪੁਰਖ ਪਰਮੇਸ਼ਰ ਦੀ ਇੱਥੇ ਮੈਨੂੰ ਆਗਿਆ ਨਹੀਂ ਹੋ ਰਹੀ ਕਿ ਗੋਬਿੰਦ ਸਿੰਘ ਤੂੰ ਇੱਥੇ ਜੰਗ ਲੜ, ਤੇ ਜੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਆਗਿਆ ਦੇ ਦੇਣ ਤੇ ਕਹਿੰਦੇ ਦੁਸ਼ਮਣਾਂ ਦੇ ਚੰਮ ਦੀ ਮਿੱਟੀ ਵੀ ਨਹੀਂ ਲੱਭੇਗੀ। ਇਹ ਜੋਗੀ ਅੱਲਾ ਯਾਰ ਖਾਂ ਨੇ ਲਿਖਿਆ। ਮੇਰੀ ਕਹਿਣ ਦੀ ਮੁਰਾਦ, ਭਾਈ ਬਚਿੱਤਰ ਸਿੰਘ ਜਿਹੜਾ ਸੀਗਾ ਜ਼ਖਮਾਂ ਦੀ ਤਾਬ ਦੇ ਅੰਦਰ ਕੋਟਲਾ ਨਿਹੰਗ ਖਾਂ ਦੇ ਘਰ ਵਿੱਚ ਪੈ ਗਿਆ। ਉਹਦੀ ਇੱਕ ਲੜਕੀ ਸੀ ਕੋਟਲਾ ਨਿਹੰਗ ਖਾਂ ਦੀ, ਜਿਸਦਾ ਨਾਮ ਸੀ ਬੀਬੀ ਮਮਤਾਜ। ਇਹ ਜਿਹੜੀ ਬੀਬੀ ਮਮਤਾਜ ਸੀ ਇਹਦੀ ਉਮਰ 22-20 ਸਾਲ ਦੀ ਸੀਗੀ, ਜਵਾਨ ਬੀਬੀ। ਘਰ ਵਿੱਚ ਭਾਈ ਬਚਿੱਤਰ ਸਿੰਘ ਘਰ ਵਿੱਚ ਪਿਆ ਹੋਇਆ। ਮੈਂ ਪਹਿਲੀ ਉਸ ਬੀਬੀ ਨੂੰ ਸਮਝਾਂਗਾ ਜਿਹੜੀ ਬੀਬੀ ਨੇ ਆਪਣੇ ਪਿਤਾ ਦੇ ਬੋਲਾਂ ਨੂੰ ਸੱਚ ਕਰਕੇ ਜ਼ਿੰਦਗੀ ਵਿੱਚ ਦਿਖਾਇਆ, ਤੇ ਉਹ ਪਿਤਾ ਨੂੰ ਵੀ ਸੱਚ ਕਰਕੇ ਮੰਨਾਂਗਾ ਜਿਸ ਨੇ ਇਹਨਾਂ ਸ਼ਹੀਦਾਂ ਨੂੰ ਘਰ ਵਿੱਚ ਪਨਾਹ ਦਿੱਤੀ। ਭਾਈ ਬਚਿੱਤਰ ਸਿੰਘ ਘਰ ਵਿੱਚ ਪਿਆ ਤੇ ਮਰਿੰਡੇ ਦਾ ਥਾਣੇਦਾਰ ਭਾਈ ਕੋਟਲਾ ਨਿਹੰਗ ਖਾਂ ਦੇ ਘਰ ਵਿੱਚ ਆ ਗਿਆ। ਆ ਦਰਵਾਜ਼ਾ ਖੜਕਾਇਆ, ਪਤਾ ਲੱਗਾ ਸੂ ਤੋਂ। ਕਹਿਣ ਲੱਗਾ ਭਾਈ ਕੋਟਲਾ ਨਿਹੰਗ ਖਾਂ, ਤੇਰੇ ਘਰ ਦੇ ਵਿੱਚ ਬਾਗੀਆਂ ਨੂੰ ਲੱਗਦਾ ਤੂੰ ਪਨਾਹ ਦਿੱਤੀ ਹੋਈ ਹੈ, ਸਾਨੂੰ ਸ਼ੱਕ ਪਿਆ ਤੇ ਅਸੀਂ ਘਰ ਦੀ ਤਲਾਸੀ ਲੈਣੀ ਹੈ। ਤੇ ਕੋਟਲਾ ਨਿਹੰਗ ਖਾਂ ਘਬਰਾਇਆ ਨੀ, ਕਹਿੰਦਾ ਜੀ ਆਇਆਂ ਨੂੰ। ਇਹਦੀ ਜਿਹੜੀ ਲੜਕੀ ਸੀ ਨਾ ਬੀਬੀ ਮਮਤਾਜ, ਉਹ ਆਪਣੇ ਘਰ ਦੇ ਦੂਸਰੇ ਕਮਰੇ ਦੇ ਵਿੱਚ ਨਮਾਜ਼ ਪੜ੍ਹ ਰਹੀ ਸੀਗੀ। ਤੁਹਾਨੂੰ ਪਤਾ ਹੋਵੇਗਾ ਗੁਰਸਿੱਖ ਬੈਠੇ ਹੋ, ਇਹ ਸਾਡੇ ਧਰਮ ਦੇ ਅੰਦਰ ਹੈ ਬੀਬੀਓ, ਜਿਹੜੀਆਂ ਤੁਸੀਂ ਬੈਠ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੇ ਕੀਰਤਨ ਸੁਣਦੀਆਂ ਨੇ ਤੇ ਕਥਾ ਸੁਣਦੀਆਂ, ਬਾਕੀ ਧਰਮ ਦੇ ਅੰਦਰ ਅਜਿਹਾ ਨਹੀਂ ਗਾ। ਮੁਸਲਮਾਨ ਧਰਮ ਦੇ ਅੰਦਰ ਮਸੀਤਾਂ ਦੇ ਵਿੱਚ ਬੀਬੀਆਂ ਨਮਾਜ਼ ਨਹੀਂ ਪੜ੍ਹ ਸਕਦੀਆਂ। ਕੇਵਲ ਬੀਬੀਆਂ ਨਮਾਜ਼ ਨਹੀਂ, ਉਹ ਘਰ ਵਿੱਚ ਨਮਾਜ਼ ਤਾਂ ਪੜ੍ਹ ਸਕਦੀਆਂ ਪਰ ਜਾ ਕਰਕੇ ਮਸੀਤ ਦੇ ਵਿੱਚ ਨਹੀਂ। ਹਿੰਦੂ ਧਰਮ ਦੇ ਵਿੱਚ ਬੀਬੀਆਂ ਜਨੇਊ ਨਹੀਂ ਪਾ ਸਕਦੀਆਂ, ਕੇਵਲ ਉਹਨਾਂ ਦੇ ਮਰਦ ਜਨੇਊ ਪਾ ਸਕਦੇ ਨੇ। ਇੱਥੇ ਮਹਾਰਾਜ ਜੀ ਨੇ ਬਰਾਬਰ ਦਾ ਦਰਜਾ ਦਿੱਤਾ ਕਿ ਜੇ ਸਿੰਘ ਕਿਰਪਾਨ ਪਾਵੇਗਾ ਤੇ ਉਹਦੀ ਸਿੰਘਣੀ ਵੀ ਪਾਵੇਗੀ, ਜੇ ਸਿੰਘ ਕੀਰਤਨ ਕਰੇਗਾ ਤੇ ਸਿੰਘਣੀ ਵੀ ਕੀਰਤਨ ਕਰੇਗੀ। ਇਹ ਜਿਹੜੀ ਮੁਸਲਮਾਨ ਲੜਕੀ ਸੀ ਨਾ ਬੀਬੀ ਮਮਤਾਜ, ਇਹ ਕਮਰੇ ਦੇ ਵਿੱਚ ਬੈਠ ਕੇ ਨਮਾਜ਼ ਪੜ੍ਹ ਰਹੀ ਸੀ। ਹੁਣ ਉਹ ਕਹਿੰਦੇ ਕੋਟਲਾ ਨਿਹੰਗ ਖਾਂ ਨੇ ਕਿਹਾ, ਕਹਿਣ ਲੱਗਾ ਥਾਣੇਦਾਰ ਨੂੰ ਮੇਰੇ ਘਰ ਵਿੱਚ ਕੋਈ ਨਹੀਂ ਤੇ ਜ਼ਖਮਾਂ ਦੀ ਤਾਬ ਦੇ ਵਿੱਚ ਭਾਈ ਬਚਿੱਤਰ ਸਿੰਘ ਪਿਆ ਹੋਇਆ ਹੈ। ਉੱਤੇ ਕਹਿਣ ਲੱਗੇ ਚਿੱਟੇ ਰੰਗ ਦੀ ਅਰਜਾਈ ਦਿੱਤੀ, ਸਰਦੀਆਂ ਦੇ ਦਿਨ ਹਜੇ ਇਲਾਜ ਸ਼ੁਰੂ ਕਰਨਾ ਸੀ ਉਹਦਾ ਭਾਈ ਕੋਟਲਾ ਨਿਹੰਗ ਖਾਂ ਨੇ। ਤੇ ਥਾਣੇਦਾਰ ਨੇ ਪੁੱਛਿਆ, ਕਹਿੰਦਾ ਇਹ ਕੌਣ ਹੈ? ਤੇ ਕੋਟਲਾ ਨਿਹੰਗ ਖਾਂ ਨੇ ਜਿਹੜੇ ਸ਼ਬਦ ਕਹੇ ਤੇ ਜਿਹੜੀ ਉਹਦੀ ਧੀ ਨੇ ਆਪਣੀ ਜ਼ਿੰਦਗੀ ਵਿੱਚ ਉਹਨਾਂ ਸ਼ਬਦਾਂ ਨੂੰ ਕਮਾਇਆ, ਖਾਲਸਾ ਜੀ ਸ਼ਾਇਦ ਇੱਥੇ ਕੋਈ ਹੋਰ ਹੁੰਦਾ ਤੇ ਡੋਲ ਜਾਂਦਾ, ਸਾਡੇ ਪੈਰਾਂ ਦੇ ਥੱਲਿਓਂ ਜ਼ਮੀਨ ਨਿਕਲ ਜਾਂਦੀ ਹੈ। ਤੇ ਕੋਟਲਾ ਨਿਹੰਗ ਖਾਂ ਨੇ ਕਿਹਾ ਸੀਗਾ, ਮੇਰੇ ਘਰ ਵਿੱਚ ਇਹ ਮੇਰਾ ਜਵਾਈ ਪਿਆ ਹੋਇਆ ਹੈ। ਜਦੋਂ ਇਹ ਸ਼ਬਦ ਕਹੇ ਤੇ ਮਰਿੰਡੇ ਦਾ ਥਾਣੇਦਾਰ ਚੁੱਪ ਕਰਕੇ ਵਾਪਸ ਆ ਗਿਆ ਤੇ ਇਹਦੀ ਬੇਟੀ ਦੇ ਕੰਨਾਂ ਵਿੱਚ ਸ਼ਬਦ ਪਏ ਕਿ ਮੇਰਾ ਇਹ ਪਤੀ ਬਣਾ ਦਿੱਤਾ ਭਾਈ ਬਚਿੱਤਰ ਸਿੰਘ ਮੇਰੇ ਪਿਤਾ ਨੇ। ਤੇ ਹੱਥ ਜੋੜ ਕੇ ਬੀਬੀ ਮਮਤਾਜ ਨੇ ਆਖਿਆ ਸੀਗਾ, ਕਹਿੰਦੀ ਪਿਤਾ ਜੀ ਅੱਬਾ ਜਾਨ, ਕਹਿੰਦੀ ਜੋ ਤੇਰੀ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਅਲਫਾਜ਼, ਨਿਕਲੇ ਹੋਏ ਲਫ਼ਜ਼, ਮੈਂ ਇਹਨੂੰ ਸਾਰੀ ਜ਼ਿੰਦਗੀ ਨਿਭਾਵਾਂਗੀ। ਜੇ ਮੇਰਾ ਪਤੀ ਤੁਸੀਂ ਭਾਈ ਬਚਿੱਤਰ ਸਿੰਘ ਨੂੰ ਬਣਾ ਦਿੱਤਾ ਤੇ ਆਪਣੀ ਸਾਰੀ ਜ਼ਿੰਦਗੀ ਮੈਂ ਆਪਣਾ ਪਤੀ ਭਾਈ ਬਚਿੱਤਰ ਸਿੰਘ ਨੂੰ ਹੀ ਮੰਨਾਂਗੀ। ਕੋਟਲਾ ਨਿਹੰਗ ਖਾਂ ਨੇ ਕਿਹਾ ਸੀ, ਬੇਟੀ ਮੈਂ ਆਪਣੇ ਬਚਿੱਤਰ ਸਿੰਘ ਦੀ ਜਾਨ ਨੂੰ ਬਚਾਉਣ ਵਾਸਤੇ ਮੈਨੂੰ ਇਹ ਸ਼ਬਦ ਵਰਤਣੇ ਪਏ, ਤਾਂ ਕਰਕੇ ਇਹ ਸ਼ਬਦਾਂ ਨੂੰ ਵਰਤਿਆ। ਤੇਰੀ ਜ਼ਿੰਦਗੀ ਬੜੀ ਲੰਬੀ ਹੈ ਤੇ ਇਤਿਹਾਸ ਦੇ ਪੰਨੇ ਕਹਿੰਦੇ ਨੇ, ਕਹਿੰਦੇ ਚੰਦ ਮਿੰਟਾਂ ਤੋਂ ਬਾਅਦ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋ ਗਏ। ਉਹ ਬੀਬੀ ਮਮਤਾਜ ਸਾਰੀ ਜ਼ਿੰਦਗੀ ਕੁਵਾਰੀ ਰਹੀ ਪਰ ਉਸਨੇ ਆਪਣੇ ਪਿਤਾ ਦੇ ਬੋਲਾਂ ਤੇ ਇਹੋ ਜਿਹੇ ਫੁੱਲ ਚੜਾਏ, ਸਾਰੀ ਜ਼ਿੰਦਗੀ ਆਪਣਾ ਪਤੀ ਭਾਈ ਬਚਿੱਤਰ ਸਿੰਘ ਨੂੰ ਮੰਨਦੀ ਰਹੀ। ਮੇਰੀ ਕਹਿਣ ਦੀ ਮੁਰਾਦ, ਗੁਰਮੁਖੋ ਅਸੀਂ ਆਪਣੀ ਬਿਰਤੀ ਨੂੰ ਸੰਢੌਰੇ ਦੇ ਵੱਲ ਲੈ ਕੇ ਆਈਏ ਜਿੱਥੋਂ ਆਪਾਂ ਛੱਡਿਆ ਸੀਗਾ।
ਮੇਰੀ ਕਹਿਣ ਦੀ ਮੁਰਾਦ ਇਹ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਿਸੇ ਦੇ ਨਾਲ ਕਿਸੇ ਇੱਕ ਫਿਰਕੇ ਦੇ ਨਾਲ ਮਹਾਰਾਜ ਜੀ ਦੀ ਕੋਈ ਦੁਸ਼ਮਣੀ ਨਹੀਂ ਸੀਗੀ। ਮਹਾਰਾਜ ਜੀ ਦੇ ਉੱਪਰ ਜਿਹੜਾ ਕੋਈ ਜ਼ੁਲਮ ਕਰਦਾ ਸੀ, ਪ੍ਰਜਾ ਤੇ ਜ਼ੁਲਮ ਕਰਦਾ ਸੀ, ਮਹਾਰਾਜ ਜੀ ਦੀ ਸ਼ਮਸ਼ੀਰ ਉਹਨਾਂ ਦੇ ਉੱਪਰ ਉੱਠਦੀ ਸੀਗੀ। ਉਹਨਾਂ ਦੇ ਉੱਪਰ ਮਹਾਰਾਜ ਪਾਤਸ਼ਾਹ ਜੀ ਦੇ ਦਿੱਤੇ ਹੋਏ ਕੁਝ ਕਕਾਰ ਜਦੋਂ ਪੀਰ ਬਾਬਾ ਬੁੱਧੂ ਸ਼ਾਹ ਜੀ ਨੇ ਆਪਣੀ ਧਰਮ ਪਤਨੀ ਆਪਣੀ ਬੇਗਮ ਨਸ਼ੀਰਾ ਨੂੰ ਦਿਖਾਏ ਨਾ, ਤੇ ਜਦੋਂ ਨਸ਼ੀਰਾ ਨੂੰ ਪਤਾ ਲੱਗਿਆ ਕਿ ਮੇਰੇ ਦੋ ਪੁੱਤਰ ਸ਼ਹੀਦ ਹੋ ਗਏ, ਕਹਿੰਦੇ ਚੱਕਰ ਆਇਆ ਨਸ਼ੀਰਾ ਨੂੰ, ਹੁਣ ਪੁੱਤਰਾਂ ਦਾ ਤਾਪ ਕੌਣ ਸਹਾਰ ਸਕਦਾ ਹੈ। ਕੋਈ ਇਹੋ ਜਿਹੀ ਮਾਂ, ਇਹ ਤਾਂ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਸੀ, ਜਦੋਂ ਚਾਰ ਦੋ ਪੁੱਤਰ ਸਾਹਮਣੇ ਸ਼ਹੀਦ ਹੋਏ ਤੇ ਮੇਰੇ ਕਲਗੀਆਂ ਵਾਲਾ ਪਾਤਸ਼ਾਹ ਜਕਾਰੇ ਛੱਡਦਾ ਸੀਗਾ। ਦੁਨੀਆਂ ਦੇ ਅੰਦਰ ਅਜਿਹੋ ਜਿਹਾ ਕੋਈ ਰਹਿਬਰ ਨਹੀਂ ਆਇਆ ਜਿਹੜਾ ਸਾਹਮਣੇ ਦੁਨੀਆਂ ਦਾ ਕੋਈ ਪੁੱਤਰ ਸ਼ਹੀਦ ਹੁੰਦਾ ਹੋਵੇ ਤੇ ਉਹ ਪਤਾ ਜਕਾਰੇ ਛੱਡੇ। ਇਹ ਤਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਹਿੱਸੇ ਦੇ ਵਿੱਚ ਆਇਆ। ਤਾਂਹੀ ਉਸ ਗੁਰੂ ਨੂੰ ਸਰਬੰਸਦਾਨੀ ਕਹਿੰਦੇ ਨੇ। ਕਹਿੰਦੇ ਨਸ਼ੀਰਾ ਨੂੰ ਚੱਕਰ ਆਇਆ ਤੇ ਨਸ਼ੀਰਾ ਗਮ ਦੇ ਨਾਲ ਕਹਿੰਦੇ ਧਰਤੀ ਤੇ ਡਿੱਗ ਪਈ। ਕਹਿੰਦੇ ਜਦੋਂ ਡਿੱਗੀ ਨਾ ਵੈਦ ਬੁਲਾਏ ਗਏ, ਆਸੇ ਪਾਸੇ ਉਹਦੇ ਸਰੀਰ ਦੀਆਂ ਤਲੀਆਂ ਮਲੀਆਂ ਗਈਆਂ ਕਿ ਪੁੱਤਰਾਂ ਦਾ ਆਖਰ ਵਿਛੋੜਾ ਬੜਾ ਵੱਡਾ ਹੈ, ਪੁੱਤਰ ਕੋਈ ਕਿਸੇ ਦਾ ਮਰ ਨਾ ਜਾਵੇ, ਪਰ ਮਾਪਿਆਂ ਨੂੰ ਬੜਾ ਵੱਡਾ ਗਮ ਲੱਗਦਾ ਏ। ਤੇ ਉਸ ਗਮ ਦੇ ਵਿੱਚੋਂ ਇਹ ਬੇਗਮ ਨਸ਼ੀਰਾ ਵੀ ਸੀਗੀ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ, ਮਹਾਰਾਜ ਪਾਤਸ਼ਾਹ ਜੀ ਨੇ ਦਰਸ਼ਨ ਦਿੱਤੇ ਬੇਗਮ ਨਸ਼ੀਰਾ ਨੂੰ, ਤੇ ਮਹਾਰਾਜ ਜੀ ਨੇ ਦਰਸ਼ਨ ਦੇ ਕੇ ਕਿਹਾ ਸੀ, ਕਹਿੰਦੇ ਬੇਗਮ ਨਸ਼ੀਰਾ, ਜੇ ਤੈਨੂੰ ਆਪਣੇ ਪੁੱਤਰਾਂ ਦਾ ਇੰਨਾ ਗਮ ਹੈ, ਤੂੰ ਤਾਂ ਆਪਣੇ ਪੁੱਤਰਾਂ ਦਾ ਝੂਰਾ ਲੈ ਕੇ ਬੈਠ ਗਈ ਨਾ, ਵੇਖੀ ਆਉਣ ਵਾਲਾ ਸਮਾਂ ਜਦੋਂ ਵਰਤੇਗਾ, ਇਹ ਗੋਬਿੰਦ ਰਾਏ ਤੋਂ ਜਦੋਂ ਗੋਬਿੰਦ ਸਿੰਘ ਸਾਜ ਕੇ ਖਾਲਸਾ ਪੰਥ ਦੀ ਸਿਰਜਣਾ ਕਰੇਗਾ, ਬੇਗਮ ਤੇਰੇ ਤਾਂ ਦੋ ਪੁੱਤਰ ਜੰਗ ਦੇ ਵਿੱਚ ਸ਼ਹੀਦ ਹੋਏ ਗਏ ਨੇ, ਇਹ ਗੋਬਿੰਦ ਸਿੰਘ ਆਪਣੇ ਪੰਥ ਦੇ ਵਾਸਤੇ ਚਾਰ ਪੁੱਤਰ ਸ਼ਹੀਦ ਕਰਵਾਵੇਗਾ, ਚਾਰ ਪੁੱਤਰਾਂ ਨੂੰ ਕੁਰਬਾਨੀ ਕਰਾਵੇਗਾ। ਜੇ ਤੇਰੇ ਦੋ ਪੁੱਤਰਾਂ ਨੂੰ ਤੂੰ ਸ਼ਹੀਦ ਮੰਨ ਕੇ ਝੋਰੇ ਦੇ ਵਿੱਚ ਗਮ ਖਾ ਕੇ ਬੈਠ ਗਈ, ਤੇ ਬੇਗਮ ਮੈਂ ਤੇਰੇ ਦੋ ਪੁੱਤਰ ਵੀ ਮੋੜ ਦਿੰਦਾ, ਤੇਰੇ ਦੋ ਪੁੱਤਰ ਵੀ ਵਾਪਸ ਕਰ ਦਿੰਦਾ, ਤੇ ਬੇਗਮ ਤੈਨੂੰ ਦੋ ਪੁੱਤਰ ਹੋਰ ਦੇ ਦਿੰਦਾ ਹੈ। ਜਦੋਂ ਇਹ ਸ਼ਬਦ ਮਹਾਰਾਜ ਜੀ ਨੇ ਕਹੇ, ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਦਰਸ਼ਨ ਹੋਏ ਤੇ ਬੇਗਮ ਨਸ਼ੀਰਾਂ ਦੀ ਅੱਖ ਖੁੱਲ ਗਈ। ਹੁਣ ਮੈਂ ਤੁਹਾਨੂੰ ਉਸ ਟੌਪਿਕ ਤੇ ਲੈ ਕੇ ਆਉਣਾ ਜਿਹੜਾ ਬੀਬੀ ਮਮਤਾਜ ਨੇ ਕਿਹਾ ਸੀਗਾ ਕੋਟਲਾ ਨਿਹੰਗ ਖਾਂ ਨੂੰ, ਵੀ ਪਿਤਾ ਜਿਹੜੇ ਤੇਰੀ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਬਚਨ ਮੈਂ ਸਾਰੀ ਜ਼ਿੰਦਗੀ ਫੁੱਲ ਚੜਾਵਾਂਗੀ। ਜਿਉਂਦੀ ਰਹੇ ਉਹ ਪੰਥ ਦੀ ਧੀ ਜਿਸਨੇ ਆਪਣੇ ਪਿਤਾ ਦੇ ਬਚਨਾਂ ਤੇ ਫੁੱਲ ਚੜਾਇਆ। ਕਿਤੇ ਇਹੋ ਜਿਹੀਆਂ ਧੀਆਂ ਸਾਡੇ ਘਰ ਜੰਮ ਪੈਣ, ਜਿਹੋ ਜਿਹੀ ਕੋਟਲਾ ਨਿਹੰਗ ਖਾਂ ਦੇ ਘਰ ਵਿੱਚ ਬੀਬੀ ਮਮਤਾਜ ਜੰਮੀ ਹੈ, ਜਿਹੜੇ ਆਪਣੇ ਪਿਤਾ ਦੇ ਬੋਲਾਂ ਤੇ ਇਹੋ ਜਿਹੀਆਂ ਧੀਆਂ ਫੁੱਲ ਚੜਾਉਣ, ਕਿਤੇ ਇਹੋ ਜਿਹੇ ਧੀਆਂ ਪੁੱਤਰ ਜੰਮ ਪੈਣ ਸਾਡੇ ਘਰ ਵਿੱਚ ਜਿਹੜੇ ਆਪਣੇ ਪਿਤਾ ਦੀ ਤੇ ਮਾਤਾ ਦੀ ਆਗਿਆ ਭਾਗਿਆ ਦੇ ਵਿੱਚ ਰਹਿਣ। ਤੇ ਗੁਰਮੁਖੋਂ ਨਸ਼ੀਰਾਂ ਦੀ ਹੋਸ਼ ਖੁੱਲ ਗਈ, ਨਸ਼ੀਰਾਂ ਦੀ ਹੁਣ ਨਸ਼ੀਰਾਂ ਖੜੀ ਹੋ ਗਈ। ਜਿਹੜੇ ਆਪਣੇ ਪੀਰ ਨੂੰ ਆਪਣੇ ਪਤੀ ਨੂੰ ਕਹਿੰਦੀ ਸੀ, ਪਤੀ ਤੂੰ ਭਗਾਣੀ ਦੇ ਜੰਗ ਦੇ ਅੰਦਰ ਮੇਰੇ ਪੁੱਤਰ ਦੋ ਸ਼ਹੀਦ ਕਿਉਂ ਕਰਵਾ ਕੇ ਆਇਆ ਏ, ਤੇ ਉਹ ਬੇਗਮ ਨਸ਼ੀਰਾਂ ਦੱਸਾਂ ਕੀ ਕਹਿ ਰਹੀ। ਉਹ ਬੇਗਮ ਨਸ਼ੀਰਾਂ ਦੇ ਨੇਤਰ ਲਾਲ ਹੋ ਗਏ, ਉਹ ਬੇਗਮ ਨਸ਼ੀਰਾਂ ਵੀਰ ਰਸ ਦੇ ਵਿੱਚ ਆ ਗਈ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਕਿਰਪਾ ਹੋਈ ਤੇ ਆਪਣੇ ਪੀਰ ਬਾਬਾ ਬੁੱਧੂ ਸ਼ਾਹ ਨੂੰ ਕਹਿਣ ਲੱਗੀ, ਪਤੀ ਦੇਵ ਪਹਿਲਾਂ ਮੈਨੂੰ ਤੇਰੇ ਤੇ ਗਿਲਾ ਸ਼ਿਕਵਾ ਸੀਗਾ ਕਿ ਤੂੰ ਦੋ ਪੁੱਤਰ ਭਗਾਣੀ ਦੇ ਜੰਗ ਦੇ ਵਿੱਚ ਸ਼ਹੀਦ ਕਰਵਾ ਕੇ ਆ ਗਿਆ, ਹੁਣ ਮੈਨੂੰ ਤੇਰੇ ਤੇ ਗਿਲਾ ਸ਼ਿਕਵਾ ਏ, ਆ ਜਿਹੜੇ ਦੋ ਖੜੋਤੇ ਨੇ ਇਹਨਾਂ ਨੂੰ ਵਾਪਸ ਕਿਉਂ ਲੈ ਕੇ ਆ ਗਿਆ, ਇਹਨਾਂ ਨੂੰ ਵੀ ਭਗਾਣੀ ਦੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਚਰਨਾਂ ਤੋਂ ਨਿਸ਼ਾਵਰ ਕਰ ਆਉਣਾ ਸੀਗਾ, ਇਹਨਾਂ ਨੂੰ ਵੀ ਵਾਰ ਆਉਣਾ ਸੀਗਾ, ਇਹਨਾਂ ਨੂੰ ਵੀ ਸ਼ਹੀਦ ਕਰ ਆਉਣਾ ਸੀਗਾ। ਨਾਲੇ ਨੇਤਰਾਂ ਦੇ ਵਿੱਚੋਂ ਜਲ ਵਹਿ ਰਿਹਾ ਏ। ਕਹਿੰਦੀ ਮੈਂ ਵੀ ਆਪਣੇ ਚਾਰ ਪੁੱਤਰ ਵਾਰ ਕੇ
ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਉੱਪਰੋਂ ਕੁਰਬਾਨ ਹੋ ਜਾਂਦੀ। ਇਹ ਬੇਗਮ ਨਸ਼ੀਰਾਂ ਦੇ ਸ਼ਬਦ ਨੇ, ਇੱਕ ਮੁਸਲਮਾਨ ਇਹ ਧੀ ਦੇ ਸ਼ਬਦ ਨੇ। ਮੈਂ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਉੱਪਰੋਂ ਆਪਣਾ ਜ਼ਿੰਦਗੀ ਕੁਰਬਾਨ ਕਰ ਦਿੰਦੀ। ਗੁਰਮੁਖੋ, ਇਹੋ ਜਿਹਾ ਸਾਡਾ ਸਿੱਖ ਇਤਿਹਾਸ, ਜਿਸ ਇਤਿਹਾਸ ਦੇ ਵਿੱਚ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ। ਮੇਰੀ ਇੱਥੇ ਇੱਕ ਮੈਂ ਗੱਲ ਟੌਪਿਕ ਛੇੜਿਆ ਸੀ, ਮਹਾਰਾਜ ਜੀ ਦੀ ਤਲਵਾਰ ਉੱਠੀ, ਮਹਾਰਾਜ ਜੀ ਦੀ ਕਿਰਪਾਨ ਉੱਠੀ, ਮਹਾਰਾਜ ਜੀ ਨੇ ਨੀ ਦੇਖਿਆ ਵੀ ਇਹ ਕੌਣ ਹੈ ਕਿਸੇ ਜਾਤਰੀ ਬਰਾਦਰੀ ਦੇ ਨਾਲ। ਮਹਾਰਾਜ ਜਿਹੜਾ ਜ਼ੁਲਮ ਕਰ ਰਿਹਾ ਸੀਗਾ, ਭਾਵੇਂ ਉਹ ਪਹਾੜੀਆ ਰਾਜਾ ਹੋਵੇ, ਭਾਵੇਂ ਉਹ ਮੁਗਲ ਰਾਜਾ ਹੋਵੇ, ਭਾਵੇਂ ਉਹ ਕੋਈ ਵੀ ਹੋਵੇ ਜਿਹੜਾ ਜ਼ੁਲਮ ਕਰਦਾ ਸੀ ਮਹਾਰਾਜ ਜੀ ਦੇ ਉੱਪਰ, ਮਹਾਰਾਜ ਜੀ ਨੇ ਉਹਨਾਂ ਦੇ ਉੱਪਰ ਆਪਣੀ ਸ਼ਮਸ਼ੀਰ ਨੂੰ, ਆਪਣੀ ਤੇਗ ਨੂੰ ਉਠਾਇਆ ਹੈ, ਉਹ ਜ਼ੁਲਮ ਦਾ ਖਾਤਮਾ ਕਰ ਦਿੱਤਾ। ਹੁਣ ਮਸੰਦ ਵੀ ਤਾਂ ਸਾਡੇ ਵਿੱਚੋਂ ਸੰਦ ਨਾ, ਜਦੋਂ ਆਨੰਦਪੁਰ ਸਾਹਿਬ ਮਹਾਰਾਜ ਜੀ ਨੇ ਮਸੰਦਾਂ ਨੂੰ ਇਕੱਠਿਆਂ ਕਰਕੇ ਤੇਲ ਪਾ ਕੇ ਖੂਹ ਦੇ ਵਿੱਚ ਸਿੱਟ ਕੇ ਤੇ ਸਾੜ ਦਿੱਤਾ ਸੀਗਾ। ਮਹਾਰਾਜ ਜੀ ਕਿਰਪਾ ਕਰਨ। ਗੁਰਮੁਖੋ, ਸਾਡਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਖੰਡੇ ਬਾਟੇ ਦੀ ਸਾਨੂੰ ਪੌਲ ਦਿੱਤੀ ਹੈ। ਕੱਲ ਬੜੇ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ, ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਨੂੰ ਲੈ ਕੇ ਅਸੀਂ ਰਹਿਤ ਬਹਿਤ ਦੇ ਵਿੱਚ ਪੂਰੇ ਹੋਈਏ। ਸਾਡੇ ਇਤਿਹਾਸਕ ਸਰੋਤਾਂ ਨੂੰ ਅਸੀਂ ਸਰਵਣ ਕਰੀਏ, ਸਾਡਾ ਜਿਵੇਂ ਪੁਰਾਣੇ ਸਿੱਖਾਂ ਦਾ ਜੀਵਨ ਸੀ ਇਸ ਤਰ੍ਹਾਂ ਦਾ ਸਾਡਾ ਜੀਵਨ ਬਣ ਜਾਏ, ਇਹੋ ਜਿਹਾ ਸਾਡਾ ਇਹੋ ਜਿਹੇ ਅਸੀਂ ਪੂਰਨੇ ਪਾ ਕੇ ਜਾਈਏ ਕਿ ਬਾਅਦ ਵਿੱਚ ਵੀ ਸਾਨੂੰ ਕੋਈ ਚੇਤੇ ਕਰਨ। ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਗੁਰੂ ਇਤਿਹਾਸ ਸਰਵਣ ਕਰਦਿਆਂ ਪਾਸੋਂ ਹੋਈਆਂ ਸੂਖੋਂ ਭੁੱਲਾਂ ਦੀ ਖਿਮਾ ਕਰਦੇ ਨੇ ਜੀ। ਹੇ ਅਚੁੱਤ ਹੇ ਪਾਰ ਬ੍ਰਹਮਾ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕਹਿ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋ ਮਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋਂਦਾ ਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰੱਖੋ ਹੀਏ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।